ਅੱਛਾ ਫੱਕ ਲੈਣਗੇ ਇੱਥੇ ਨਹੀਂ ਆਉਂਦੇ ਦੁਨੀਆਂ ਗੱਲ ਚ ਕੋਈ ਕੁਛ ਫਰਕ ਨਹੀਂ ਜੇ ਨਾ ਦੋਵਾਂ ਚ, ਉਹ ਨਾ ਜੇਲ੍ਹ ਵਾਲਿਆਂ ਚ ਤੇ ਨਾ ਇਹਨਾਂ ਚ। ਜੀ ਉਹ ਪਰਾਂ ਇੱਕ ਬਰਾੜ ਦੇ ਉੱਤੇ ਨਾ, ਮੈਂ ਤੁਹਾਡੀ ਬਰਾੜ ਤੋਂ ਆਉਣ ਤੋਂ ਪਹਿਲਾਂ ਮੈਂ ਉਹ ਬਿਆਨ ਸੁਣਦਾ, ਬਿਆਨ ਸੁਣਦੇ ਸੁਣਦਿਆਂ ਮੈਂ ਸੌਂ ਗਿਆ। ਉਹ ਮੈਂ ਵੇਖਿਆ ਕਿ ਸਾਡੇ 'ਚ ਕੋਈ ਬੰਦਾ ਨਹੀਂ ਹੈ ਔਨਲਾਈਨ, ਅਤੇ ਉਹ ਜਿੱਥੇ ਬੜੇ ਕੀ ਉਹਨੂੰ ਕਹਿੰਦੇ ਨੇ ਆਪਣੇ ਪਿਆਰੇ ਦੋਸਤ ਨੇ, ਉਹ ਜਾ ਕੇ ਬੜੇ ਚਾਅ ਦੇ ਨਾਲ ਕੋਈ ਦੋ ਚਾਰ ਦਿਨ ਬੈਠੇ ਨੇ। ਉਹ ਅਤੇ ਉਹ ਕਾਸਮ ਜਿਹੜਾ ਉਹ ਦੂਸਰਾ, ਉਹ ਤਾਂ ਮੀਰੇ ਮਾਵੀਆ ਦੇ ਉੱਤੇ ਭੌਂਕਣ ਡਏ ਨੇ ਜੀ। ਉਹ ਏਡੇ ਮੀਰ ਕਸਮ ਰੱਖ, ਉਹ ਕਸਮ ਰੱਖਦੀ ਹੈ ਲਾਂਤੀ, ਕਸਮ ਰੱਖਦੀ ਹੈ ਲਾਂਤੀ। ਉਹ ਜਿਹੜੇ ਮਹੱਲੇ ਦਾ ਦੱਸਦਾ ਨਾ ਕੋਟਲੀ ਲੁਹਾਰਾਂ ਦੀ, ਦਾ ਉਹ ਮਹੱਲਾ ਹੀ ਪੂਰਾ ਰੱਖਦੀਆਂ ਉਹਦਾ। ਉਹ ਅਖਲੇ ਉਹ ਉਹਦੇ ਉੱਤੇ ਅੱਲਾ ਦੇ ਸੋਰੀ ਪਤਨੀ ਅੱਜ ਉਹਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਭੌਂਕਦੇ ਨੇ। ਕੋਈ ਹੋਰ ਹੀ ਕੁਛ ਲਿਖੇ ਆ ਆਪਣੀ ਆਈਡੀ ਦੇ ਉੱਪਰ, ਹੁਣ ਆਪਣੇ ਨਾਮ ਨਾਲ। ਉਹਨੇ ਜਿੱਦਣ ਮੈਨੂੰ ਦੱਸਿਆ ਸੀ ਨਾ ਮੈਂ ਕੋਲੀ ਲੁਹਾਰਾਂ ਦੀ ਆ, ਮੈਂ ਉਹਨੂੰ ਪੂਰੀ ਤਫਸੀਲ ਪੁੱਛੀ। ਮੈਂ ਕਿੱਥੋਂ ਦਾ ਇਹ? ਪਿੱਛੋਂ ਅਸੀਂ ਕੁੰਦਨਪੁਰੋਂ ਆਏ ਹਾਂ। ਮੈਂ ਕਿਹਾ ਤੁਸੀਂ ਕੁੰਦਨਪੁਰੋਂ ਆਏ ਹੋ ਤਾਂ ਉਹ ਵੀ ਸਾਡੇ ਕੋਲ ਹੈ, ਮੇਰੇ ਪਿੰਡ ਦੇ ਕੋਲ ਹੈ। ਅਤੇ ਉਹ ਕਰਕੇ ਜਦੋਂ ਉਹਨੇ ਮਹੱਲਾ ਪੂਰੀ ਤਫਸੀਲ ਨਹੀਂ ਮੈਨੂੰ ਦੱਸੀ, ਉਹ ਸਿਰਫ ਮਹੱਲਾ ਹੀ ਦੱਸਿਆ। ਉਹ ਮਹੱਲੇ ਦੇ ਵਿੱਚ ਮੇਰੇ ਰਿਸ਼ਤੇਦਾਰ ਵੀ ਨੇ, ਉਹ ਵੀ ਰਾਫਦੀ ਨੇ ਕੰਜਰ ਜ਼ਿਆਦਾ ਉੱਥੇ ਐਲੇ ਤਸ਼ੀ ਨੇ ਜ਼ਿਆਦਾ ਰਹਿਣ ਵਾਲੇ ਰਾਫਦੀ ਨੇ। ਰਾਫਦੀ ਐਲੇ ਤਸ਼ੀ ਤੇ ਫਿਰ ਬੰਦੇ ਦੇ ਪੁੱਤਰ ਹੁੰਦੇ ਨੇ, ਰਾਫਦੀ ਹੁੰਦੇ ਨੇ ਜਿਹੜੇ ਅਗਲੇ ਬੈਤ ਤੇ ਪਾਉਦੇ ਤੇ ਉਹ ਦੋ ਚਾਰ ਲੋਕੇ ਬਿਠਾਏ ਨੇ, ਉਹ ਭੌਂਕਣ ਡਏ ਨੇ ਜਨਾਬ ਦਿੱਬੇ ਵਗੇ। ਉਹ ਇਮਾਮ ਜਿਹੜੇ ਇਮਾਮ ਦੇ ਸਟੂਡੈਂਟ ਨੇ ਨਾ, ਉਹ ਵੀ ਸਾਰੇ ਰਾਫਦੀ ਨੇ ਵੀਰ ਜੀ। ਇਮਾਮ ਸਟੂਡੈਂਟ ਨਾ ਤਾਂ ਆਈਡੀ ਇੱਕ, ਹਾਂਜੀ ਉਹ ਰਾਫਦੀ, ਉਹ ਵੀ ਰਾਫਦੀ, ਸਾਰੇ ਰਾਫਦੀਆਂ ਨੂੰ ਸਾਰੇ ਰਾਫਦੀ। ਬਸ ਜੀ ਇੱਥੇ ਨਾ ਇਹ ਗਰਮੀ ਸਹਿਨ ਨਹੀਂ ਹੁੰਦੀ ਇਸ ਦੁਨੀਆ ਦੀ, ਅਤੇ ਜੇ ਉਹਨਾਂ ਨੇ ਕੁੰਨਰਪੁਰੋਂ ਮੇਰੇ ਖਿਆਲ ਕੱਢਿਆ ਵੀ ਤਾਂ ਹਾਣੇ ਇਸੇ ਵਜ੍ਹਾ ਤੋਂ ਹੀ, ਕਿਉਂਕਿ ਕੁੰਨਰਪੁਰ ਦੇ ਵਿੱਚ ਕੋਈ ਵੀ ਹਾਲੇ ਤੀ ਨਹੀਂ ਨਾ ਉਹਨਾਂ ਰਹਿਣ ਦਿੱਤਾ, ਪਰ ਟਾਵਾਂ 'ਚ ਹੈ ਨੇ, ਅਸੂ ਮੈਂ ਮਹਿੰਦਰ ਵਾਲ ਹੈ ਨੇ, ਲੇਕਿਨ ਇਹ ਇੱਧਰ ਕੁੰਦਨਪੁਰ 'ਚ ਨਹੀਂ ਸਨ ਕੋਈ ਵੀ। ਅਤੇ ਜਿਹੜਾ ਕੋਈ ਹੈ ਵੀ ਸੀ ਉਹ ਵੀ ਇੱਥੋਂ ਟੁਰ ਗਿਆ। ਉਹ ਵੀ ਦੋ ਔਰਤਾਂ ਹੀ ਆਈਆਂ ਹਨ ਉੱਥੋਂ ਕੋਲੀ ਲੁਹਾਰਨ ਦੀ ਤੋਂ। ਉਹ ਭਾਈ ਉਹ ਦੋਵੇਂ ਹੀ ਜਿਹੜੇ ਆ ਨਾ ਆਪਣੇ ਬੰਦਿਆਂ ਨੂੰ ਵੀ ਲੱਗ ਗਈਆਂ ਹਨ ਕੋਲੀ ਲਵਾਰਾਂ, ਅਤੇ ਇੱਕੋ ਮਹੱਲੇ 'ਚ ਹੀ ਰਹਿੰਦੇ ਨੇ ਉਹ ਭਾਈ ਰਦਾਕ ਵੀ, ਅਤੇ ਇਹਦਾ ਇਹ ਵੀ ਇਹਦਾ ਪਿਓ ਵੀ ਇੱਥੋਂ ਟੁਰ ਗਿਆ ਸੀ ਕੁੰਦਨਪੁਰ। ਬੂਟਾ ਜੀ ਗੱਲ ਅਸਲ 'ਚ ਹੈ ਵੇ ਕਿ ਸੋਸ਼ਲ ਮੀਡੀਆ ਖਾਸ ਤੌਰ 'ਤੇ ਇਹ ਜਿਹੜੇ ਕੀ ਉਹਨੂੰ ਕਹਿੰਦੇ ਨੇ ਜਿਨ੍ਹਾਂ 'ਤੇ ਤੁਹਾਡੇ ਤੁਸੀਂ ਜਿਸ ਮੈਂ ਜਿਹਦਾ ਮਰਜ਼ੀ ਨਾਂ ਲਿਖਦੇ ਹਾਂ, ਅਗਰ ਮੈਂ ਜੋ ਆਪਣੇ ਅੰਦਰ ਦਾ ਗੰਦ ਅਗਰ ਮੇਰੇ 'ਚ ਹੈ ਵੇ ਅਗਰ ਉਹਨੂੰ ਮੈਂ ਬਾਹਰ ਕੱਢਣਾ ਚਾਹੁੰਦਾ ਵਾਂ, ਤਾਂ ਉਹ ਫਿਰ ਆਪਣੀਆਂ ਆਈਡੀਆਂ ਬਦਲ ਕੇ, ਨਾਂ ਬਦਲ ਕੇ, ਚਿਹਰਿਆਂ ਨੂੰ ਬਦਲ ਕੇ, ਵੱਲਾ ਹਵਾਲ ਮਤਬੇ ਵੇ ਉਹ ਅਸੀਂ ਕੀ ਕਰ ਸਕਦੇ ਹਾਂ ਕੀ ਭੌਂਕਣਾ, ਅਤੇ ਫਿਰ ਜਿਹੜਾ ਬੰਦੀ ਜਾ ਕੇ ਕੀ ਉਹਨੂੰ ਕਹਿੰਦੇ ਨੇ ਹਸਨ ਭਾਈ ਇੱਥੇ ਬੂਟਾ ਭਾਈ, ਹਸਨ ਭਾਈ, ਸੁਫਿਆਨ ਭਾਈ, ਇੱਥੇ ਜਿਹੜੀ ਲੜਾਈ ਹੈ ਨਾ ਹੁਣ, ਇੱਥੇ ਲੜਾਈ ਇਲਮ ਦੀ ਨਹੀਂ ਰਹਿ ਗਈ, ਠੀਕ ਹੈ, ਇੱਥੇ ਲੜਾਈ ਨਫਸ ਦੀ ਰਹਿ ਗਈ ਹੈ। 90% ਲੋਕ ਨਫਸ ਦੀ ਲੜਾਈ ਲੜਦੇ ਪਏ ਨੇ, 10% ਜਿਹੜੇ ਨੇ ਉਹਨਾਂ ਦੇ ਮੁਕਾਬਲੇ ਤੇ ਖਲੋ ਕੇ ਇਲਮ ਨਾਲ ਗੱਲ ਕਰਦੇ ਨੇ, 90% ਨਫਸ ਦੀ ਲੜਾਈ ਲੋਕੀ ਲੜਦੇ ਪਏ ਨੇ ਜੀ। ਲੇਕਿਨ ਕੁਰੇਸ਼ੀ ਸਾਹਿਬ ਗੱਲ ਹੈ ਵੇ ਕਿ
ਉਹ 10% ਦੇ ਵਿੱਚ ਵੀ ਮਤਲਬ 90% ਅਗਰ ਲੋਕ ਨਫਸੀ ਲੜਾਈ ਲੜਦੇ ਨੇ ਨਾ, ਵੇਖੋ ਨਾ ਅਗਰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਇੰਨੇ ਲੋਕ ਜਿਹੜੇ ਨੇ ਜਾਂ ਇੰਨੇ ਪਰਸੈਂਟ ਜਿਹੜੇ ਲੋਕ ਨੇ ਉਹ ਨਹੀਂ ਸਹੀ ਕਰਦੇ ਪਏ, ਉਹ ਆਪਣਾ ਨਫਸੀ ਲੜਾਈ ਲੜਦੇ ਨੇ ਮੈਂ, ਉਹਦੀ ਵੀ ਤਾਂ ਕੋਈ ਵਜ੍ਹਾ ਹੋਏਗੀ ਨਾ ਕਿ ਤੁਸੀਂ ਇਸ ਗੱਲ ਨੂੰ ਇਸ ਗੱਲ ਨੂੰ ਪਹਿਚਾਨਣ ਵਾਸਤੇ ਵੀ ਤਾਂ ਕੋਈ ਇਲਮ ਹੋਣਾ ਚਾਹੀਦਾ ਨਾ ਅੱਲਾ ਕੋਲੋਂ। ਸਫਿਆਨ ਭਾਈ, ਸਫਿਆਨ ਭਾਈ ਹੁਣ 90% ਹੁਣ ਕੀ ਸੂਰਤ ਹਾਲ ਕੀ ਹੈ ਦੇਖੋ ਮੈਨੂੰ ਜੀ, ਮੈਂ ਤੁਹਾਨੂੰ ਆਪਣਾ ਦੁਨੀਆਦਾਰੀ ਦੀ ਗੱਲ ਦੱਸਾਂ, ਦੁਨੀਆਦਾਰੀ ਵਾਲੇ ਮਾਮਲੇ ਮੈਨੂੰ ਜੀ ਸਫਿਆਨ ਭਾਈ ਬੜੇ ਅੱਛੇ ਲੱਗਦੇ ਨੇ, ਮੈਂ ਇਹਨਾਂ ਦਾ ਫੈਨ ਹਾਂ ਅਤੇ ਮੈਨੂੰ ਇਹਨਾਂ ਦੀਆਂ ਗੱਲਾਂ ਬਾਤਾਂ ਬੜੀਆਂ ਅੱਛੀਆਂ ਲੱਗਦੀਆਂ ਨੇ, ਜਾਂ ਮੈਂ ਇੱਕ ਹੱਦ ਤੱਕ ਪਹੁੰਚ ਗਿਆ ਵਾਂ, ਅਤੇ ਫਿਰ ਸਫਿਆਨ ਭਾਈ ਜ਼ਿਆਦਾਤਰ ਲੋਕ ਇਹਦਾ ਕਹਿਣਾ ਇਹੀ ਕਿ ਭਾਈ ਜੋ ਉਹਨੇ ਕਹਿ ਦਿੱਤਾ ਉਹ ਬਰਹਾ, ਫਿਰ ਮੈਂ ਉਹਦੀ ਪਿੱਛੇ ਜਾਣਾ, ਮੈਂ ਰੱਬ ਦੀ ਤੇ ਰੱਬ ਦੇ ਨਬੀ ਦੇ ਪਿੱਛੇ ਵਾਲੇ ਕੰਮ ਛੱਡ ਦਿੱਤੇ ਨੇ, ਮੈਂ ਨਹੀਂ ਦੇਖਣ ਦਿਆ ਕਿ ਮੇਰਾ ਰੱਬ ਦਾ ਨਬੀ ਕੀ ਫਰਮਾ ਰਿਹਾ ਹੈ, ਮੇਰੇ ਰੱਬ ਦਾ ਕੀ ਹੁਕਮ ਹੈ। ਜਿਹੜੀ ਸ਼ਖਸੀਅਤ ਪ੍ਰਸਤੀ ਹੈ, ਹਾਂਜੀ, ਤੁਸੀਂ ਜਿੰਨੇ ਵੀ ਔਲੀਆ ਇਕਰਾਮ ਆਏ ਨੇ ਜਿਨ੍ਹਾਂ ਦੇ ਮਜ਼ਾਰਾਤ ਤੁਸੀਂ ਆਪਣੇ ਦਾਏ ਬਾਏ ਆਪਣੇ ਇਲਾਕਿਆਂ 'ਚ ਦੇਖਦੇ ਹੋ, ਉਹਨਾਂ ਦੀ ਤਾਲੀਮ ਤੁਸੀਂ ਕਦੀ ਉਹਨਾਂ ਕੋਲ ਬਹੋਗੇ ਨਾ, ਵੇਖੋ ਇਸ ਦੌਰ ਦੇ ਵਿੱਚ ਵੀ ਇਹ ਔਲੀਆ ਇਕਰਾਮ ਜਿਹੜੇ ਨਾ ਇਹ ਮੌਜੂਦ ਨੇ। ਹਾਂ, ਉਹਦੀ ਪਹਿਚਾਣ ਜੀ, ਮੇਰੀ ਗੱਲ ਸੁਣਿਓ ਮੋਹਤਰਮ, ਗੱਲ ਹੈ ਵੇ ਕਿ ਕਦੀ ਉਹਨਾਂ ਕੋਲ ਤੁਸੀਂ ਜਾ ਕੇ ਬੈਠੋਗੇ ਨਾ, ਜਿਹੜਾ ਸਹੀ ਅੱਲਾਹ ਦਾ ਵਲੀ ਹੋਏਗਾ ਨਾ, ਜਿਹੜਾ ਬਾ ਸ਼ਰੀਅਤ ਹੋਏਗਾ, ਦੇਖੋ ਇਹ ਥੋੜ੍ਹੀ ਜਿਹੀ ਤਹਿਸੀਸ ਕਰਨੀ ਹੈ, ਕੁਛ ਲੋਕ ਮਜਦੂਬ ਹੁੰਦੇ ਨੇ ਉਹਨਾਂ ਕੋਲ, ਹੁਣ ਤੁਸੀਂ ਸ਼ਰੀਅਤ ਦੇ ਮਸਾਇਲ ਨਹੀਂ ਜਾ ਕੇ ਸਿੱਖ ਸਕਦੇ, ਤਾਂ ਉਹਨਾਂ ਕੋਲੋਂ ਉਹਨਾਂ ਨੂੰ ਉਹਨਾਂ ਦੇ ਹਾਲ 'ਤੇ ਰਹਿਣ ਦੇਣਾ ਚਾਹੀਦਾ, ਉਹਨਾਂ 'ਤੇ ਇਲਜ਼ਾਮ ਲਾਉਣਾ ਕਿ ਜੀ ਉਹ ਇਸ ਤਰ੍ਹਾਂ ਕਿ ਉਹਨੇ ਹੁਣ ਮਜਦੂਬ ਜਿਹੜਾ ਬੰਦਾ ਹੈ ਨਾ ਉਹ ਇਹ ਉਲਮਾ ਇਕਰਾਮ ਹੀ ਦੱਸਦੇ ਨੇ ਕਿ ਜਿਹੜਾ ਬੰਦਾ ਮਜਦੂਬ ਹੁੰਦਾ ਜਜ਼ਬ ਦੀ ਹਾਲਤ 'ਚ ਹੁੰਦਾ, ਹਾਲਤ ਗਲਬਾ 'ਚ ਰਹਿੰਦਾ 24 ਘੰਟੇ, ਉਹ ਇਸ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਹੁੰਦਾ, ਨਾਬਾਲਗ ਬੱਚਾ ਹੁੰਦਾ, ਜਿਸ ਤਰ੍ਹਾਂ ਇੱਕ ਬੱਚੇ ਨੂੰ ਨਹੀਂ ਪਤਾ ਆਪਣੇ ਸਤਰ ਦਾ, ਇਸ ਤਰ੍ਹਾਂ ਹੀ ਉਹ ਜਿਹੜਾ ਮਜਦੂਬ ਹੈ ਉਹਨੂੰ ਵੀ ਨਹੀਂ ਪਤਾ ਹੁੰਦਾ, ਠੀਕ ਹੈ। ਹਾਂ, ਉਹ ਕਈ ਦਫ਼ਾ ਕਈ ਮਜਦੂਬ ਐਸੇ ਵੀ ਨੇ ਜਿਹੜੇ ਇੱਕ ਵਕਤ ਤੱਕ ਜਜ਼ਬ ਦੀ ਹਾਲਤ 'ਚ ਰਹਿੰਦੇ ਨੇ, ਫਿਰ ਕਦੀ ਕਦੀ ਉਹ ਦੁਨੀਆਦਾਰੀ ਦੇ ਵਿੱਚ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੈ, ਜਿਹੜਾ ਉਹ ਹੋਰ ਕਿਸਮ ਦੇ ਮਜਦੂਬ ਨੇ ਉਹਨਾਂ ਕੋਲ। ਹਾਂ, ਜਦੋਂ ਤੁਹਾਨੂੰ ਬੈਠੋਗੇ ਉਦੋਂ ਤੁਹਾਨੂੰ ਉਹ ਦੀਨ ਦੀਆਂ ਗੱਲਾਂ ਦੱਸਣਗੇ ਵੀ, ਕਰਨਗੇ ਵੀ ਨਹੀਂ। ਮੈਂ ਹੁਣ ਇਸ ਤਰ੍ਹਾਂ ਦੇ ਇੱਕ ਬਜ਼ੁਰਗ ਸਨ, ਤਾਂ ਉਹਨਾਂ ਨੂੰ ਮੈਂ ਜਾਣਨਾ ਜਦੋਂ ਮੈਂ ਕਿਸੇ ਪਾਕਿਸਤਾਨ ਰਿਹਾ, ਔਰ ਮੈਂ ਯਕੀਨ ਕਰੋ ਕਿ ਅਗਰ ਮੈਂ 12-14 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਮਿਲਿਆ, ਤਾਂ ਮੇਰੇ ਨਾਲ ਉਹਨਾਂ ਨੇ ਉਹ ਸੇਮ ਉਹ ਹੀ ਗੱਲਾਂ ਕੀਤੀਆਂ ਜਦੋਂ ਹਾਲ ਸਹੀ ਹਾਲ ਜੀ ਸਨ ਨਾ, ਉਹਨਾਂ ਮੈਨੂੰ ਪੁੱਛਿਆ ਤੁਹਾਡੇ ਸਫਿਆਨ ਭਾਈ, ਸਫਿਆਨ ਭਾਈ ਤੁਹਾਡੀ ਗੱਲ ਵੱਡੀ ਹੈ, ਜਿਹੜੀ ਅਸੀਂ ਇਹ ਲਫ਼ਜ਼ ਜਿਹੜਾ ਬੋਲੇ ਨਾ ਮਜਦੂਬ, ਇਹਦਾ ਅਗਰ ਅਸੀਂ ਤਸ਼ਰੀਹ 'ਚ ਜਾਈਏ ਨਾ, ਤੇ ਅਸੀਂ ਇਹਨੂੰ ਕਵਾਂਗੇ ਕਿ ਇਹ ਇਸ਼ਕ ਜਿਹੜਾ ਜਿਹੜਾ ਇਸ਼ਕ ਹੈ ਨਾ, ਇਸ਼ਕ ਲਾਈ ਉਹਦੀ ਜਿਹੜੀ ਇੰਤਹਾ ਹੈ ਨਾ, ਇੰਤਹਾ ਐਂਡ ਬਿਲਕੁਲ ਐਂਡ ਬਿਲਕੁਲ ਉਹ ਵਾਲਾ ਐਂਡ ਕਿ ਜਿਹੜਾ ਅੱਲਾਹ ਤਬਾਰਕ ਤਾਲਾ ਨੇ ਮੂਸਾ ਅਲੈਹਿ ਸਲਾਮ ਨੂੰ ਫਰਮਾਇਆ ਕਿ ਜਾ ਮੂਸਾ ਮੈਨੂੰ ਇਨਸਾਨੀ ਗੋਸ਼ਤ ਦਾ ਕੋਈ ਟੁਕੜਾ ਲਿਆ ਕੇ ਦੇ, ਤੇ ਆਪ ਲੱਭਣ ਤੁਰ ਗਏ। ਸ਼ਾਇਦ ਤੁਸੀਂ ਇਹ ਗੱਲ ਸੁਣੀ ਹੋਵੇ, ਵਾਕਿਆ ਸੁਣਿਆ ਹੋਵੇ ਇਹਦਾ। ਜੀ ਜੀ, ਤੁਸੀਂ ਬੋਲੋ। ਮਾਸ਼ਾ ਅੱਲਾਹ, ਤੇ ਉਹਨਾਂ ਨੇ ਨਾ ਲੱਭਣ ਤੁਰ ਪਏ ਨਾ ਮੂਸਾ ਅਲੈਹਿ ਸਲਾਮ, ਤੇ ਜੰਗਲ 'ਚ ਗਏ ਤੇ ਇੱਕ ਬਜ਼ੁਰਗ ਬੈਠੇ, ਇੱਕ ਬਲੀ ਬੈਠਾ ਸਰ, ਫਕੀਰ ਬੈਠਾ, ਉਹਨੂੰ ਫਰਮਾਇਆ ਕਿ ਤੁਸੀਂ ਕੀ ਮੂਸਾ ਲੱਭਦੇ ਪਏ? ਕਹਿੰਦੇ ਮੈਨੂੰ ਅੱਲਾਹ ਤਾਲਾ ਨੇ ਹੁਕਮ ਦਿੱਤਾ ਕੋਈ ਇਨਸਾਨੀ ਗੋਸ਼ਤ ਦਾ ਟੁਕੜਾ, ਆਪਣੇ ਜਿਸਮ ਤੋਂ ਇੱਕ ਹਿੱਸੇ ਤੋਂ ਲਾ ਗਏ, ਤਾਂ ਉਹਨੇ ਕਿਹਾ ਜੀ ਹੈਲੋ, ਪਤਾ ਨਹੀਂ ਅੱਲਾਹ ਤਾਲਾ ਨੂੰ ਪਸੰਦ ਆਵੇ ਕਿ ਨਾ ਆਵੇ, ਦੂਸਰੇ ਹਿੱਸੇ ਤੋਂ ਲਾ ਕੇ ਦਿੱਤਾ। ਤੇ ਜਦੋਂ ਬੰਦਾ ਇਸ਼ਕੇ ਇਲਾਹੀ ਦੇ ਵਿੱਚ ਐਂਡ ਤੇ ਚਲੇ ਜਾਂਦਾ ਨਾ, ਫਿਰ ਉਹਨੂੰ ਮਜਦੂਬੀਅਤ ਦਾ ਮੁਕਾਮ ਮਿਲਦਾ। ਜਦੋਂ ਮਜਦੂਬੀਅਤ ਦਾ ਮੁਕਾਮ ਮਿਲਦਾ ਨਾ, ਜਦੋਂ ਮਜਦੂਬੀਅਤ ਦਾ ਮੁਕਾਮ ਮਿਲਦਾ, ਹੁਣ ਮੈਂ ਤੁਹਾਨੂੰ ਥੋੜ੍ਹੀ ਜਿਹੀ ਛੋਟੀ ਜਿਹੀ ਮੈਂ ਤੁਹਾਨੂੰ ਦਾਖਲ ਕਰਾਂ, ਉਹ ਮਜਦੂਬੀਅਤ ਦੇ ਮੁਕਾਮ ਦੇ ਵਿੱਚ ਤੁਸੀਂ
ਆਪਣੇ ਜਿਸਮ ਦੇ ਨਾਲ ਜੋ ਵੀ ਕਰ ਰਹੇ ਹੋ, ਜੋ ਵੀ ਕਰ ਰਹੇ ਹੋ, ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ। ਤੇ ਇਸ਼ਕ ਜਿਹੜੀ ਨਾ, ਇਸ਼ਕ ਹੁਣ ਸਾਨੂੰ ਤੁਹਾਨੂੰ ਸਾਡਾ ਦੀਨ ਕੀ ਸਿਖਾਉਂਦਾ, ਦੇਖੋ ਕੁਰਾਨ ਪਾਕ ਦੇ ਵਿੱਚ ਅਗਰ ਅਸੀਂ ਮੱਕੀ ਸੂਰਤਾਂ ਚੁੱਕ ਕੇ ਦੇਖਦੇ ਆ ਨਾ ਆਪਣਾ ਸਫਿਆਨ ਭਾਈ, ਜੀ ਜੀ, ਉਹ ਮੱਕੀ ਸੂਰਤਾਂ ਦੇ ਵਿੱਚ ਸਿਰਫ ਅੱਲਾਹ ਤਬਾਰਕ ਤਾਲਾ ਨੇ ਮੁਸਲਮਾਨਾਂ ਦੀ ਤਰਬੀਅਤ ਕੀਤੀ ਹੈ, ਸ਼ਿਰਕ ਕੀ ਹੈ, ਬਿੱਦਤ ਕੀ ਹੈ, ਰੱਬ ਨੂੰ ਦੇ ਕੀ ਮੁਕਾਮ ਹੈ, ਬੁੱਤ ਪ੍ਰਸਤੀ ਦਾ ਕੀ ਮਾਮਲਾਤ ਨੇ, ਇਹ ਸਾਰੇ ਮਾਮਲਾਤ ਕੀਤੇ ਨੇ, ਠੀਕ ਹੈ। ਤੇ ਉਹਦੇ ਮੁਕਾਬਲੇ ਤੇ ਤੁਸੀਂ ਜਦੋਂ ਮਦਨੀ ਸੂਰਤਾਂ ਚੁੱਕ ਕੇ ਦੇਖ ਲਵੋ, ਮਦਨੀ ਸੂਰਤਾਂ ਜਿਹੜੀਆਂ ਮਦੀਨੇ ਸ਼ਰੀਫ 'ਚ ਨਾਜ਼ਲ ਹੋਈਆਂ ਨੇ, ਉਹਦੇ 'ਚ ਦੱਸਿਆ ਗਿਆ ਕਿ ਤੁਸੀਂ ਨਬੀ ਪਾਕ ਸੱਸਮ ਦੀ ਬਾਰਗਾਹ 'ਚ ਕਿਵੇਂ ਬਹਿਣਾ, ਨਬੀ ਪਾਕ ਸੱਸਮ ਦੇ ਉੱਚੇ ਉਸਦੇ ਸਾਹਮਣੇ ਉੱਚੀ ਆਵਾਜ਼ ਨਹੀਂ ਕਰਨੀ। ਤੇ ਤੁਸੀਂ ਅਗਰ ਇਹ ਚੀਜ਼ ਨੂੰ ਆਪਣੇ ਜ਼ਿਹਨ ਦੇ 'ਚ ਰੱਖ ਕੇ ਦੇਖੋ ਨਾ, ਤੇ ਜਿਹੜੇ ਸਾਡੇ ਔਲੀਆ ਅੱਲਾਹ ਕਰਾਮ ਹੈਗੇ ਨੇ, ਜਿਹੜੇ ਤੇ ਬਿਲਕੁਲ ਆਪਣੇ ਸਹੀ ਹਾਲਤ ਦੇ ਵਿੱਚ ਨੂਰਾਨੀ ਚਿਹਰਿਆਂ ਦੇ ਨਾਲ ਸਾਰੇ ਮਾਮਲਾਤ ਨੇ, ਉਹ ਸਾਡੀ ਤਰਬੀਅਤ ਕਰਦੇ ਪਏ ਨੇ, ਠੀਕ ਹੈ। ਤੇ ਜੇ ਅਸੀਂ ਇਸ਼ਕ ਸਿੱਖਣਾ ਨਾ ਰੱਬ ਦਾ ਇਸ਼ਕ, ਤੇ ਫਿਰ ਅਸੀਂ ਮਜੂਬਾਂ ਕੋਲ ਸਿੱਖਣਾ। ਕੋਈ ਵੀ ਇੱਕ ਉਸਤਾਦ ਜਿਹੜਾ ਨਾ, ਕਿਸੇ ਨੂੰ ਵੀ ਇੱਕ ਉਸਤਾਦ ਨਹੀਂ ਪਾਲ ਲਾਉਂਦਾ, ਤੁਹਾਨੂੰ ਡਿਗਰੀਆਂ ਆਪਣੇ ਇਲਮ ਵਧਾਉਣ ਵਾਸਤੇ ਉਸਤਾਦ ਬਦਲਣੇ ਪੈਂਦੇ ਨੇ, ਇਲਮ ਹਾਸਲ ਕਰਨਾ ਪੈਂਦਾ ਮਰਨ ਤੱਕ ਭਾਵੇਂ ਨਾ। ਜੀ ਜੀ, ਮੈਂ ਨਾ ਤੁਹਾਨੂੰ ਕੁਰੇਸ਼ੀ ਭਾਈ ਗੱਲ ਇਸ ਤਰ੍ਹਾਂ ਕਿ ਮੁਮਤਾਜ਼ ਮੁਫਤੀ ਸਾਹਿਬ ਦਾ ਤੁਸੀਂ ਸ਼ਾਇਦ ਨਾਮ ਸੁਣਿਆ ਹੋਏਗਾ, ਇਹਨਾਂ ਨੇ ਨਾ ਬਹੁਤ ਜ਼ਿਆਦਾ ਬੁੱਕਸ ਵਗੈਰਾ ਲਿਖੀਆਂ ਨੇ, ਅਲੀਪੁਰ ਕਾਇਲੀ ਔਰ ਇੱਕ ਉਹਨਾਂ ਦੇ ਹੱਜ ਦੇ ਉੱਤੇ ਵੀ ਲਿਖੀ, ਮਤਲਬ ਉਹਨਾਂ ਦੀ ਜਿਹੜੀਆਂ ਬੁੱਕਸ ਨੇ ਨਾ, ਕਦੀ ਉਹ ਤੁਸੀਂ ਪੜ੍ਹੋਗੇ ਨਾ, ਤੁਸੀਂ ਖਾਸ ਅਰਸੇ ਤੱਕ ਇਹ ਕਿਸੇ ਚੀਜ਼ ਨੂੰ ਨਹੀਂ ਸਕਦਾ। ਉਹਨਾਂ ਆਪਣੀ ਕਿਤਾਬਾਂ ਦੇ ਵਿੱਚ ਹੀ ਜਿਹੜਾ ਨਾ ਉਹ ਇਸ ਤਰ੍ਹਾਂ ਦਾ ਕੋਈ, ਲੇਕਿਨ ਇੱਕ ਵਕਤ ਦੇ ਵਿੱਚ ਜਿਹੜਾ ਨਾ, ਫਿਰ ਜਦੋਂ ਅੱਲਾਹ ਨੇ ਉਹਨਾਂ ਨੂੰ ਦੀਨ ਇਸਲਾਮ ਦੀ ਤਰਫ ਮੋੜਿਆ, ਔਰ ਜੋ ਵੀ ਉਹਨਾਂ ਦੀ ਜਿਹੜੀਆਂ ਨੇ ਇਸਲਾਮ ਦੀਆਂ ਬਰਕਤਾਂ ਉਹਨਾਂ ਦੇ ਵਿੱਚ ਆਈਆਂ, ਅਕਸਰ ਉਹਨਾਂ ਦੀ ਨਾ ਇੱਕ ਅੱਧੀ ਗੱਲ ਬੰਦੇ ਦੀ ਉਹ ਪੜ੍ਹੀ ਲਿਖੀ ਅੱਛੀ ਬਾਤ ਜਿਹੜੀ ਯਾਦ ਰਹਿ ਜਾਂਦੀ। ਉਹ ਅੰਜ ਹੁੰਦੇ ਸਨ, ਕਹਿੰਦੇ ਸਨ ਕਿ ਸਾਨੂੰ ਅੱਲਾਹ ਨਾਲ ਮੁਹੱਬਤ ਕਰਨੀ ਚਾਹੀਦੀ। ਉਹ ਫਿਰ ਆਪਣਾ ਆਪਣਾ ਆਪ ਵੀ ਖੋ ਜਾਂਦਾ ਹੈ, ਉਹ ਫਿਰ ਉਹਦਾ ਹੀ ਬਣ ਜਾਂਦਾ। ਤੋ ਇਸ ਲਈ ਬੰਦੇ ਨੇ ਦੁਆ ਜਿਹੜੀ ਮੈਂ ਅਸਲ ਕਰਨਾ ਚਾਹ ਰਿਹਾ ਸਾਂ ਕਿ ਇਹ ਜਿਹੜੇ ਮਜ਼ਲੂਮ ਹੁੰਦੇ ਨੇ ਨਾ, ਇਹ ਵੀ ਇੱਕ ਬ੍ਰਾਂਚ ਇਲਾਵਾ ਜਿਹੜੇ ਨੇ ਔਲੀਆ ਇਕਰਾਮ ਜਿਹੜੇ ਬਾਦਸ਼ਾਹ ਹੁੰਦੇ ਨੇ, ਤੁਸੀਂ ਕਦੀ ਉਹਨਾਂ ਕੋਲ ਬੈਠੋਗੇ, ਉਹਨਾਂ ਦੇ ਨਾਲ ਤੁਸੀਂ ਉਹ ਤੁਹਾਨੂੰ ਨਫਸ ਮੇਰੇ ਤੁਹਾਡੇ ਨਫਸ ਦੀ ਜਿਹੜੀ ਹੈ ਨਾ ਤਸੀਹ ਕਰਨ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਬਿਲਕੁਲ ਸਰ, ਮੇਰੇ ਤੁਹਾਡੇ ਨਫਸ ਨੂੰ ਨਫਸ ਜਿਹੜਾ ਨਾ, ਕਦੀ ਵੇਖੋ ਇਹ ਮੈਂ ਹੁਣ ਤੁਹਾਨੂੰ ਆਖਾਂ, ਮੇਰੇ ਜੇ ਖਾਹਿਸ਼ਾਂ ਨਹੀਂ ਹੈ, ਮੇਰੇ ਚ ਹੋ ਸਕਦਾ ਤੁਹਾਡਾ ਜ਼ਿਆਦਾ ਖਾਹਿਸ਼ਾਂ ਹੋਣ ਬੁਰਾਈ ਕਰਨ ਦੀ। ਬਿਲਕੁਲ ਮੈਂ ਤੁਹਾਨੂੰ ਆਪਣੀ ਦੱਸਣਾ ਕਿ ਮੇਰੇ 'ਚ ਇੰਤਹਾਈ ਕਿਸਮ ਦੀਆਂ ਜਿਹੜੀਆਂ ਨੇ ਨਾ ਖਾਹਿਸ਼ਾਂ ਨੇ, ਮੈਂ ਵੀ ਕਰਾਂ, ਇਹ ਵੀ ਕਰਾਂ, ਇਹ ਵੀ ਕਰਾਂ, ਲੇਕਿਨ ਜਦੋਂ ਕਿਸੇ ਅੱਲਾਹ ਦੇ ਵਲੀ ਕੋਲ ਜਿਹੜਾ ਬਾਦਸ਼ਾਹ ਹੈ, ਸ਼ਰੀਅਤ ਦਾ ਪਾਬੰਦ ਹੈ, ਉਹਦੇ ਕੋਲ ਬੈਠਦੇ ਹਾਂ, ਉਹਦੇ ਕੋਲ ਉੱਠਦੇ ਹਾਂ, ਉਹਦੇ ਕੋਲ ਗੱਲਾਂ ਸੁਣਦੇ ਹਾਂ, ਫਿਰ ਖਾਹਿਸ਼ ਆਉਂਦੀ ਕਿ ਨਹੀਂ ਯਾਰ, ਇਹ ਜਿਹੜੀ ਦੁਨੀਆ ਹੈ ਨਾ, ਇਹ ਚਾਰ ਦਿਨ ਦੀ ਹੈ, ਇਹਦੀ ਦੁਨੀਆ ਦਾ ਜਵਾਬ ਦੇਣਾ ਪੈ ਜਾਣਾ, ਮਤਲਬ ਕਿ ਤਿਲ ਤਿਲ ਲਿਖਿਆ ਭਰਨਾ ਹੈ,
ਹਰ ਮਾਮਲੇ ਦੇ ਵਿੱਚ ਅਗਰ ਤੁਸੀਂ ਨਾ ਜਾਣਦੇ ਹੋਇਆ ਮੇਰੇ ਨਾਲ ਕੋਈ ਜ਼ਿਆਦਤੀ ਕਰ ਦਿੱਤੀ ਹੈ ਜਾਂ ਮੈਂ ਨਾ ਜਾਣਦੇ ਹੋਇਆ ਤੁਹਾਡੇ ਨਾਲ ਕੋਈ ਜ਼ਿਆਦਤੀ ਹੋ ਗਈ ਹੈ ਅਤੇ ਮੈਨੂੰ ਬਾਅਦ 'ਚੋਂ ਪਤਾ ਚੱਲ ਗਿਆ ਉਹਦਾ ਵੀ ਮੈਨੂੰ ਤੁਹਾਡੇ ਕੋਲ ਤੁਹਾਡੇ ਵਾਸਤੇ ਹਿਸਾਬ ਦੇਣਾ ਪੈ ਜਾਣਾ ਅਤੇ ਜਿਹੜੇ ਰੱਬ ਦੇ ਹਿਸਾਬ ਨੇ ਉਹ ਤਾਂ ਚਲੋ ਉਹਨੇ ਮਾਫ਼ ਕਰਨੇ ਹੀ ਕਰਨੇ ਨੇ ਨਾ ਮਤਲਬ ਅਗਰ ਉਹ ਅਮਲਾਂ ਦੇ ਉੱਤੇ ਗੱਲ ਜਾਏਗੀ ਤਾਂ ਅਮਲਾਂ 'ਚ ਤਾਂ ਗੱਲ ਮੈਂ ਆਪਣੇ ਹਿਸਾਬ ਨਾਲ ਤੁਹਾਨੂੰ ਦੱਸਾਂ ਨਾ ਕਿ ਮੇਰੇ ਤਾਂ ਨਹੀਂ ਸ਼ੁਕਰੀਆ ਅਦਾ ਹੋ ਸਕਦਾ ਅਸੀਂ ਤੁਸੀਂ ਆਪਣੇ ਜਿਸਮ ਨੂੰ ਦੇਖੀਏ ਨਾ ਅਤੇ ਇੰਨੀਆਂ ਇੰਨੀਆਂ ਨੇਮਤਾਂ ਨੇ ਕਿ ਇੰਤਹਾ ਤੋਂ ਜ਼ਿਆਦਾ ਅਗਰ ਇੱਕ ਬੰਦਾ ਸਿਹਤਮੰਦ ਹੈ ਅੱਲਾਹ ਪਾਕ ਨੇ ਉਹਨੂੰ ਸਿਹਤ ਤੰਦਰੁਸਤੀ ਅਤਾ ਫਰਮਾਈ ਹੈ ਖਾਣ ਤੋਂ ਪਹਿਲਾਂ ਬੁਰਕੀ ਮੂੰਹ 'ਤੇ ਜਾਂਦੀ ਹੈ ਨਾ ਅਤੇ ਨੱਕ ਮੂੰਹ ਦੇ ਉੱਤੇ ਲੱਗੇ ਹੈ ਉਹ ਬੁਰਕੀ ਸੁੰਘਦੀ ਹੈ ਉਸ ਨੱਕ ਸੁੰਘਦਾ ਉਸ ਬੁਰਕੀ ਨੂੰ ਕਿ ਕੋਈ ਗਲਤ ਚੀਜ਼ ਨਾ ਮੂੰਹ 'ਚ ਚਲੀ ਜਾਏ ਅਤੇ ਸਿੰਘਣ ਦੀ ਹਿੱਸ ਦਾ ਹੀ ਜਿਹੜੀ ਨਿਮਤ ਹੈ ਕਿ ਅੱਲਾਹ ਨੇ ਇੰਨੀ ਕੁ ਫਿਰ ਉਹ ਉਂਗਲੀਆਂ ਨਾਲ ਫੜਨਾ ਕਿ ਤੁਸੀਂ ਉਹ ਆਪ ਕੋਈ ਚੀਜ਼ ਫੜਦੇ ਹੋ ਕਿੱਡੀ ਵੱਡੀ ਨਿਮਤ ਹੈ ਕਿ ਅੱਲਾਹ ਪਾਕ ਨੇ ਇਹ ਇਨਸਾਨ ਨੂੰ ਅਤਾ ਫਰਮਾਈ ਹੋਈ ਹੈ ਤੁਹਾਡਾ ਕੀ ਖਿਆਲ ਹੈ ਉਹਨੇ ਮੈਨੂੰ ਤੁਹਾਨੂੰ ਇਹ ਪੁੱਛਣਾ ਨਹੀਂ ਉਹਨੇ ਮੈਨੂੰ ਤੁਹਾਨੂੰ ਸ਼ਊਰ ਦਿੱਤਾ ਉਸ ਸ਼ਊਰ ਦੇ ਹੁੰਦਿਆਂ ਮਤਲਬ ਇਹ ਕਿ ਕੁਰਾਨੋ ਹਦੀਸ ਮੇਰੇ ਤੁਹਾਡੇ ਸਾਹਮਣੇ ਵੇ ਠੀਕ ਹੈ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਜ਼ਾਹਰੀ ਤੌਰ 'ਤੇ ਮੇਰੇ ਤੁਹਾਡੇ ਸਾਹਮਣੇ ਨਹੀਂ ਹੈ ਲੇਕਿਨ ਉਹਨਾਂ ਦੀ ਤਾਲੀਮ 'ਤੇ ਹੈ ਅਸਹਾਬਾ ਇਕਰਾਮ ਦੇ ਅਕਵਾਲ 'ਤੇ ਹੈ ਉਹ ਤੋਂ ਬਾਅਦ ਆਇਮਾ ਮੁਜਤਹਿਦੀਨ ਦੇ ਅਕਵਾਲ 'ਤੇ ਹੈ ਨੇ ਉਹਨਾਂ ਦੀਆਂ ਕਿਤਾਬਾਂ 'ਤੇ ਹੈ ਨੇ ਸ਼ਰੀਅਤ ਤੁਹਾਡੇ ਮੇਰੇ ਕੋਲ ਐਡੀ ਕੁ ਪੱਕੀ ਹੈ ਕਿ ਅਗਰ ਅਸੀਂ ਮੈਂ ਤੁਸੀਂ ਸਾਰੀ ਉਮਰ ਇਹ ਹੀ ਗੱਲਾਂ ਕਰਦੇ ਰਹੀਏ ਨਾ ਕਿ ਯਾ ਅੱਲਾ ਤੂੰ ਮੈਨੂੰ ਫਲਾਂ ਨਿਮਤ ਅਤਾ ਫਰਮਾਈ ਯਾ ਅੱਲਾ ਤੂੰ ਮੈਨੂੰ ਫਲਾਂ ਨਿਮਤ ਅਤਾ ਫਰਮਾਈ ਤੂੰ ਉਹਦਾ ਸ਼ੁਕਰੀਆ ਅਦਾ ਕਰਨ ਵਾਸਤੇ ਵੀ ਮਤਲਬ ਕਿ ਸ਼ਾਇਦ ਵਕਤ ਜਿਹੜਾ ਨਾ ਸਾਡੇ ਕੋਲ ਇੰਨਾ ਜ਼ਿਆਦਾ ਨਾ ਬਚੇ ਉਹ ਨਿਮਤਾਂ ਹੀ ਜ਼ਿਆਦਾ ਹੋਣ ਜਿਹੜੇ ਬਾਕੀ ਦੇਖੋ ਅੱਲਾ ਨੇ ਅਗਰ ਕਿਸੇ ਬੰਦੇ ਨੂੰ ਅੱਲਾ ਨੇ ਅਗਰ ਕਿਸੇ ਬੰਦੇ ਨੂੰ ਸਮੇਤ ਮੇਰੇ ਕਿਸੇ ਚੀਜ਼ ਤੋਂ ਨਵਾਜ਼ਿਆ ਨਹੀਂ ਅੱਲਾ ਦੇ ਨਬੀ ਸੱਸਲਮ ਦੀ ਹਦੀਸ ਹੈ ਮਫਹੂਮ ਐਸਾ ਰਵਾਇਤ 'ਚ ਆਉਂਦਾ ਕਿ ਸਭ ਤੋਂ ਜ਼ਿਆਦਾ ਜਿਹੜੇ ਲੋਕ ਜੰਨਤ ਦੇ ਵਿੱਚ ਹੋਣਗੇ ਨਾ ਉਹ ਮੇਰੀ ਉਮਰ 'ਤੇ ਹੋਣਗੇ ਤਾਂ ਸਾਬੇ ਇਕਰਾਮ ਨੇ ਪੁੱਛਿਆ ਉਹ ਕੌਣ ਲੋਕ ਨੇ ਅਬਦੁਲ ਹਮਰਾਨ ਗਰੀਬ ਲੋਕ ਜਿਹੜੇ ਮੇਰੀ ਉਮਰ ਸੁਭਾਨ ਅੱਲਾ ਅਗਰ ਮੈਨੂੰ ਤੁਹਾਨੂੰ ਕੋਈ ਚੀਜ਼ ਐਸੀ ਮਿਲ ਗਈ ਹੈ ਕਿ ਬਾਅਦ ਔਕਾਤ ਮੈਂ ਉਹਨੂੰ ਤੁਹਾਨੂੰ ਲੋਕ ਇਹ ਸਮਝਦੇ ਨੇ ਕਿ ਰੁਪਈਆ ਜਿਹੜਾ ਹੈ ਨਾ ਇਹ ਇੱਕ ਬੜੀ ਵੱਡੀ ਚੀਜ਼ ਹੈ ਇਹ ਕੋਈ ਵੱਡੀ ਚੀਜ਼ ਨਹੀਂ ਹੈ ਯਕੀਨ ਕਰੋ ਓਡਾ ਹੀ ਵੱਡਾ ਇਮਤਿਹਾਨ ਹੈ ਜਿਸ ਬੰਦੇ ਕੋਲ ਜਿੰਨਾ ਰੁਪਈਆ ਨਾ ਅਗਰ ਉਹ ਸੋਚੇ ਬੜਾ ਵੱਡਾ ਇਮਤਿਹਾਨ ਉਦੋਂ ਉਹਨਾਂ ਹੀ ਜਵਾਬ ਦੇਵੇ ਜੀ ਹਾਂ ਜੀ ਉਹ ਨਾ ਮੈਂ ਇੱਕ ਵਾਕਿਆ ਬਜ਼ੁਰਗਾਂ ਕੋਲ ਬੈਠੇ ਸਾਂ ਅਤੇ ਉਹਨਾਂ ਨੇ ਇੱਕ ਵਾਕਿਆ ਸੁਣਾਇਆ ਕਹਿੰਦੇ ਨੇ ਲੋਕ ਤਾਂ ਬੜੇ ਹੀ ਜਿਹੜੇ ਨੇ ਨਾ ਬਾਜ਼ ਮਾਮਲਾਤ ਦੇ ਵਿੱਚ ਆਉਂਦੇ ਨੇ ਸਾਡੇ ਕੋਲ ਅਕਸਰ ਲੋਕਾਂ ਦੀ ਖਾਹਿਸ਼ ਇਹ ਹੁੰਦੀ ਹੈ ਵੀ ਯਾ ਅੱਲਾ ਮੈਨੂੰ ਇੰਝ ਮਿਲਦੇ ਅਸੀਂ ਵੀ ਕਿਸੇ ਵਕਤ 'ਚ ਉਸ ਤਰ੍ਹਾਂ ਦੇ ਸਾਂ ਹੋ ਸਕਦਾ ਸ਼ਾਇਦ ਹੋਰ ਵੀ ਇੰਨੀ ਹੋਈ ਹੈ ਦੁਨੀਆਦਾਰ ਹੈ ਜੀ ਹਾਂਜੀ ਉਹ ਨਾ ਬਜ਼ੁਰਗਾਂ ਕੋਲ ਨਾ ਇੱਕ ਬੰਦਾ ਚਲਾ ਗਿਆ ਉਹਨੂੰ ਕਹਿੰਦਾ ਬਜ਼ੁਰਗੋ ਮੇਰੇ ਐਸੇ ਅਸਰਾਂ ਦੁਆ ਕਰੋ ਮੈਨੂੰ ਇਹ ਵੀ ਮਿਲ ਜੇ ਇਹ ਵੀ ਮਿਲ ਜੇ ਉਹ ਵੀ ਬਹਿ ਕੇ ਉਹਨਾਂ ਦੁਆ ਕੀਤੀ ਜਿਹੜਾ ਉਹ ਮਾਮਲਾ ਜੋ ਵੀ ਅੱਲਾ ਪਾਕ ਨੇ ਦੇਣਾ ਦੁਆ ਫਕੀਰਾਂ ਰਹਿਮ ਅੱਲਾ ਉਹ ਨਾ ਹੁਣ ਉਹ ਜਦੋਂ ਸਾਰੇ ਚਲੇ ਗਏ ਨਾ ਕੋਈ ਚੰਦ ਲੋਕ ਰਹਿ ਗਏ ਉਹਨਾਂ ਨੇ ਫਿਰ ਇਹ ਗੱਲ ਸੁਣਾਈ ਉਹਨਾਂ ਕਿਹਾ ਕਿ ਅਕਸਰ ਲੋਕ ਜਿਹੜਾ ਹੈ ਨਾ ਇਤਰਾਜ਼ ਕਰਦੇ ਨੇ ਕਿ ਇਹ ਜਿਹੜਾ ਫਲਾਣਾ ਅੱਲਾ ਦਾ ਵਲੀ ਹੈ ਫਲਾਣਾ ਜਿਹੜਾ ਅੱਲਾ ਦਾ ਬੰਦਾ ਹੈ ਉਹਦੇ ਕੋਲ ਆਪਣੀ ਇੰਨਾ ਕੁਛ ਹੈ
ਇੰਨਾ ਤਾਂ ਉਹਨੇ ਕੀਤੇ ਹੈ ਤੇ ਉਹਦੀ ਕੋਈ ਸਮਝ ਨਹੀਂ ਆਉਂਦੀ ਇਹ ਕੌਣ ਇਹ ਕੌਣ ਹੈ ਮੈਨੇ ਸੇ ਕਹੀਂ ਦੇਖਾ ਹੈ ਲੱਭਦਿਆਂ ਲੱਭਦਿਆਂ ਉਹ ਮੁਸਲਮਾਨ ਹੋ ਗਿਆ ਮੁਸਲਮਾਨ ਹੁੰਦਿਆਂ ਉਹਨੂੰ ਅੱਗੋਂ ਤਸੱਵੁਫ ਨਾਲ ਬੜੀ ਮੁਹੱਬਤ ਸੀ ਇੰਨੀ ਮੁਹੱਬਤ ਕਿ ਇੰਤਹਾ ਤੋਂ ਜ਼ਿਆਦਾ ਉਹ ਕਿਸੇ ਜਗ੍ਹਾ 'ਤੇ ਨਾ ਇੱਧਰੋਂ ਪੁੱਛਦਾ ਉੱਧਰੋਂ ਪੁੱਛਦਾ ਯਾਰ ਕੋਈ ਮੈਨੂੰ ਅੱਲਾਹ ਦਾ ਵਲੀ ਮਿਲੇ ਮੈਂ ਉਸ ਕੋਲ ਬੈਠਾਂ ਮੈਂ ਉਸ ਕੋਲ ਆਪਣਾ ਕੋਈ ਪੁੱਛਾਂ ਮੈਂ 5 ਟਾਈਮ ਨਮਾਜ਼ 'ਤੇ ਮੈਂ ਪੜ੍ਹਨਾ ਵਾਂ ਲੇਕਿਨ ਮੈਂ ਨਫਲ ਇਬਾਦਤ ਆਸੇ ਜਿਹੜਾ ਨਾ ਉਹਨਾਂ ਕੋਲ ਕੋਈ ਵਜ਼ਾਇਫ ਪੁੱਛਾਂ ਉਹ ਇਸ ਤਰ੍ਹਾਂ ਢੂੰਡਦਿਆਂ ਢੂੰਡਦਿਆਂ ਕਿ ਅੱਲਾਹ ਦੇ ਵਲੀ ਕੋਲ ਉਹ ਬੰਦਾ ਪਹੁੰਚ ਗਿਆ ਉਹਨਾਂ ਨੇ ਉਹਨੂੰ ਵੇਖ ਕੇ ਨਾ ਉਹਨਾਂ ਕਿਹਾ ਵੀ ਤੇਰਾ ਸਬਕ ਮੇਰੇ ਕੋਲ ਨਹੀਂ ਆਇਆ ਜਿਹੜੀ ਗੱਲ ਤੂੰ ਮਤਲਾਸ਼ੀ ਹੈ ਨਾ ਉਹਦੇ ਮਾਮਲਾ ਮੇਰੇ ਕੋਲ ਨਹੀਂ ਆਇਆ ਤੇਰੇ ਉਹਨਾਂ ਕਿਹਾ ਅੱਛਾ ਉਹਨਾਂ ਕਿਹਾ ਜੀ ਫਲਾਂ ਇਲਾਕੇ 'ਚ ਚਲਾ ਜਾ ਉੱਥੇ ਆ ਫਲਾਂ ਨਾਂ ਦਾ ਬੰਦਾ ਹੈ ਉਹਨਾਂ ਦੇ ਕੋਲ ਜਿਹੜਾ ਹੈ ਨਾ ਤੁਸੀਂ ਆਪਣੇ ਸਵਾਲ ਦਾ ਜਵਾਬ ਲਵੋ ਉਹ ਬੰਦਾ ਟੁਰਦਾ ਟੁਰਦਾ ਉੱਥੇ ਗਿਆ ਉਹ ਜਦੋਂ ਪੁਰਾਣਾ ਵਕਤ ਸੀ ਉਹ ਜਦੋਂ ਗਿਆ ਤਾਂ ਉੱਥੇ ਪਤਾ ਚੱਲਿਆ ਕਿ ਇਹ ਬੰਦਾ ਜਿਹੜੇ ਬੰਦੇ ਦਾ ਉਹਨਾਂ ਨੇ ਨਾਂ ਲਿਆ ਉਹ ਤਾਂ ਬੰਦਾ ਇਸ ਇਲਾਕੇ ਦਾ ਬਹੁਤ ਵੱਡਾ ਜਿਹੜਾ ਬਾਦਸ਼ਾਹ ਸਮਝ ਲਓ ਜਾਂ ਗਵਰਨਰ ਸਮਝ ਲਓ ਹਾਂ ਉਹ ਬਹੁਤ ਵੱਡਾ ਜਿਹੜਾ ਨਾ ਆਪਣੇ ਇਲਾਕੇ ਉਸ ਇਲਾਕੇ ਦਾ ਅਮੀਰ ਕਬੀਰ ਔਰ ਹਾਂਜੀ ਜ਼ਿੰਮੇਦਾਰ ਸਮਝ ਉਹ ਬਜਾਏ ਇਸਦੇ ਕਿ ਉਹ ਅੰਦਰ ਵੜਦਾ ਉਹਦੇ ਜਿਹੜੇ ਮੁਲਾਜ਼ਮ ਸਨ ਉਹਨਾਂ ਨੇ ਉਹਨੂੰ ਵੜਨ ਹੀ ਨਾ ਦਿੱਤਾ ਹੁਣ ਕਿਉਂਕਿ ਉਹਦੇ ਜ਼ਿਹਨ 'ਚ ਇਹ ਸੀ ਕਿ ਮੈਨੂੰ ਜਿਹੜੇ ਬਜ਼ੁਰਗਾਂ ਨੇ ਭੇਜੇ ਆ ਇਸ ਜਗ੍ਹਾ ਦੇ ਉੱਤੇ ਹੁਣ ਮੈਂ ਹੁਣ ਇੱਥੋਂ ਜਾਣਾ ਨਹੀਂ ਚਾਹੁੰਦਾ ਮੈਂ ਹੁਣ ਇਹਨਾਂ ਨੂੰ ਮਿਲਣ ਤੋਂ ਬਗੈਰ ਨਹੀਂ ਜਾਣਾ ਲੇਕਿਨ ਇਹਨਾਂ ਕੋਲ ਮੈਨੂੰ ਲੱਭਣਾ ਕੁਛ ਨਹੀਂ ਕਿਉਂਕਿ ਦੁਨੀਆਦਾਰ ਨੇ ਉਹ ਰੋਜ਼ ਰਾਤ ਹੋਵੇ ਅਤੇ ਉਹ ਜਿਹੜਾ ਉਹਨਾਂ ਦਾ ਸਰਾਇਆ ਸੀ ਉੱਥੇ ਸੋ ਜੇ ਦਿਨ ਹੋਏ ਤਾਂ ਬੈਠਾ ਰਹੇ ਉਹ ਬੈਠਾ ਰਹੇ ਉਹ ਜਿਹੜੇ ਬਜ਼ੁਰਗ ਸਨ ਉਹ ਆਪਣੀ ਬੱਗੀ 'ਚੋਂ ਬਹਿ ਨਿਕਲਣ 15-20 ਬੰਦੇ ਅੱਗੇ 15-20 ਬੰਦੇ ਪਿੱਛੇ ਜਿਹੜਾ ਉਹ ਜਨਾਬ ਦੱਬੇ ਹੋਏ ਕਿ ਉਹ ਤੁਰ ਜਾਣ ਉਹ ਵਕਤ ਹੀ ਨਾ ਆਏ ਕੋਲ ਉਹਨਾਂ ਦੇ ਮਿਲਣ 'ਤੇ ਨਾ ਵਕਤ ਆਏ ਇਸ ਤਰ੍ਹਾਂ ਨਾ ਉਹ ਕੋਈ ਇਸ ਤਰ੍ਹਾਂ ਦਾ ਜਗ੍ਹਾ ਮਿਲੇ ਕਿ ਉਹਨਾਂ ਦੇ ਕੋਲ ਪਹੁੰਚ ਜਾ ਉਹ ਇੰਨਾ ਕੋਈ ਬੰਦਾ ਉਹਨਾਂ ਦੇ ਇਰਦ ਗਿਰਦ ਰਹਿੰਦਾ ਸੀ ਉਹ ਆਖਰਕਾਰ ਉਹ ਪਰੇਸ਼ਾਨ ਹੋ ਕੇ ਨਾ ਉਹ ਜਿਹੜੇ ਦਰਬਾਰ ਦਰਬਾਰੀ ਸਨ ਨਾ ਜਾਂ ਬਾਹਰ ਜਿਹੜੇ ਪਹਿਰੇਦਾਰ ਸਨ ਉਹਨਾਂ ਨੂੰ ਲੜਨ ਲੱਗ ਪਿਆ ਲੇਕਿਨ ਮੈਂ ਤਾਂ ਮਤਲਬ ਬੜਾ ਸਮਝ ਸੋਚ ਕੇ ਇੱਥੇ ਆਇਆ ਸਾਂ ਮੈਂ ਤਾਂ ਮੇਰੇ ਜ਼ਿਹਨ ਦੇ ਵਿੱਚ ਇਹੀ ਸੀ ਕਿ ਉਹਨਾਂ ਨੇ ਲੇਕਿਨ ਜਦੋਂ ਮੈਂ ਇੱਥੇ ਆਇਆ ਮੈਂ ਤਾਂ ਇਹਨਾਂ ਬਜ਼ੁਰਗਾਂ ਦੇ ਆ ਜਿਹੜੇ ਏਡੇ ਵੱਡੇ ਜ਼ਿੰਮੇਦਾਰ ਨੇ ਬਾਦਸ਼ਾਹ ਨੇ ਜਾਂ ਇਸ ਇਲਾਕੇ ਦੇ ਮਾਲਕ ਨੇ ਇਹਨਾਂ ਦਾ ਜਿਹੜਾ ਰਹਿਣ ਸਹਿਣ ਵੇਖਣ ਦੇ ਆ ਨਾ ਮੈਂ ਤਾਂ ਮਤਲਬ ਕਿ ਦੂਸਰੀ ਸੋਚ ਲੈ ਕੇ ਟੁਰ ਚੱਲਣਾ ਬਾਦਸ਼ਾਹ ਹੋ ਗਿਆ ਇਹਨਾਂ ਦਾ ਉਹ ਨਾ ਇੰਨੀ ਕੁ ਗੱਲ ਕਰਦਿਆਂ ਕਰਦਿਆਂ ਉਹਨਾਂ ਦਰਬਾਨਾਂ ਦੇ ਵਿੱਚੋਂ ਜਾਂ ਪਹਿਰੇਦਾਰਾਂ ਦੇ ਵਿੱਚੋਂ ਇੱਕ ਬੰਦਾ ਅੰਦਰ ਗਿਆ ਉਹਨੇ ਆਖਿਆ ਕਿ ਜਾ ਕੇ ਗੱਲ ਸ਼ੱਲ ਸੁਣਾਈ ਗਿਆ ਇਸ ਨਾਲ ਇੱਕ ਬੰਦਾ ਬਾਹਰ ਲੱਗਿਆ ਤੁਹਾਡੇ ਮੁਤਲਕ ਕਾਫੀ ਦਿਨਾਂ ਤੋਂ ਇੱਥੇ ਉੱਠਦਾ ਪੈਂਦਾ ਪਿਆ ਲੇਕਿਨ ਅੱਜ ਤੁਹਾਡੇ ਖਿਲਾਫ਼ ਗੱਲਾਂ ਕਰਦਾ ਪਿਆ ਉਹਨਾਂ ਕਿਹਾ ਇਹਨੂੰ ਹੁਣ ਅੱਜ ਅੰਦਰ ਲੈ ਆਓ ਉਹ ਬੰਦਾ ਅੰਦਰ ਆ ਗਿਆ ਉਹਨਾਂ ਕਿਹਾ ਅਸੀਂ ਤੈਨੂੰ ਵੇਖ ਰਹੇ ਹਾਂ ਜਿਸ ਦਿਨ ਤੋਂ ਆਏ ਅਸੀਂ ਉਸ ਦਿਨ ਤੋਂ ਤੈਨੂੰ ਵਿਹਨੇ ਆ ਪਏ ਉਹਨੇ ਕਿਹਾ ਦੱਸੋ ਕੀ ਗੱਲ ਹੈ ਉਹਨੇ ਕਿਹਾ ਮੇਰੇ ਕੋਲ ਇੱਕੋ ਹੀ ਸਵਾਲ ਹੈ ਫਲਾਣੇ ਬਜ਼ੁਰਗਾਂ ਨੇ ਮੈਨੂੰ ਆਖਿਆ ਕਿ ਮੇਰਾ ਸਬਕ ਜਿਹੜਾ ਨਾ ਦੀਨੀ ਨਵਾਫਲ ਇਬਾਦਤ ਦਾ ਉਹ ਤੁਹਾਡੇ ਕੋਲ ਹੈ ਲੇਕਿਨ ਤੁਹਾਡੇ ਹਾਲਾਤ ਵੇਖਣਾ ਵਾ 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 ਤੁਸੀਂ ਸੋਚਦੇ ਕਿ ਇੰਨੇ ਲੱਗਦੇ ਹੀ ਨਹੀਂ ਪਏ ਉਸ ਤਰੀਕੇ ਦੇ ਕਿ ਤੁਸੀਂ ਕੋਈ ਬਜ਼ੁਰਗ ਹੋਵੋਗੇ ਤੁਸੀਂ ਤਾਂ ਦੁਨੀਆਦਾਰ ਲੱਗਣ ਡੇ ਹੋ
ਤੁਸੀਂ ਤੇ ਜਦੋਂ ਨਿਕਲਦੇ ਹੋ ਤੇ 15-20 ਬੰਦੇ ਅੱਗੇ ਤੇ 15-20 ਬੰਦੇ ਪਿੱਛੇ ਤੇ ਬਾਦਸ਼ਾਹ ਵੀ ਹੈ ਉਹ, ਲੇਕਿਨ ਲੱਗਦਾ ਨਹੀਂ ਕਿ ਤੁਸੀਂ ਉਹ ਉਸ ਤਰ੍ਹਾਂ ਦੇ। ਉਹਨੇ ਕਿਹਾ ਅੱਛਾ, ਉਹਨੇ ਕਿਹਾ ਤੇਰਾ ਸਬਕ ਹੈ ਮੇਰੇ ਕੋਲ ਹੀ ਹੈ, ਬਜ਼ੁਰਗਾਂ ਨੇ ਵਾਕਈ ਠੀਕ ਹੈ, ਲੇਕਿਨ ਤੇਰਾ ਇੱਕ ਇਮਤਿਹਾਨ ਹੈ। ਉਹਨੇ ਕਿਹਾ ਕਿ, ਉਹਨੇ ਕਿਹਾ ਮਤਲਬ ਕਿ ਆਪਣੇ ਉਹਨਾਂ ਇੱਕ ਪਿਆਲਾ ਮੰਗਾਇਆ, ਉਹਨਾਂ ਦੁੱਧ ਭਰ ਲਿਆ ਉਹਦੇ ਵਿੱਚ। ਉਹਨੇ ਕਿਹਾ ਜੀ ਇਹ ਦੁੱਧ ਤੇ ਇਹ ਪਿਆਲੇ 'ਚ ਪਾ ਦਿਓ, ਇਹਨੂੰ ਭਰ ਦਿਓ ਫੁੱਲ। ਉਹਨਾਂ ਭਰ ਦਿੱਤਾ, ਜਦੋਂ ਭਰਿਆ ਉਹਨੂੰ ਬੁਲਾਇਆ, ਉਹਨੂੰ ਆਖਿਆ ਕਿ ਇਹ ਬੰਦਿਆ ਖੁਦਾ ਦਿਆ, ਉਹ ਮੇਰੇ ਬੇਟੇ ਕੋਲ ਦੇ ਜੀ। ਅਸੀਂ ਕਿਹਾ ਚਾਹੀਏ। ਉਹਨੇ ਕਿਹਾ ਕਿ ਜੀ ਤੁਸੀਂ ਇਸ ਪਿਆਲੇ ਨੂੰ ਫੜੋ, ਪੂਰੇ ਸ਼ਹਿਰ ਦਾ ਚੱਕਰ ਲਾ ਕੇ ਆਇਆ। ਉਹ ਜਦੋਂ ਉੱਠਣ ਲੱਗੇ, ਤੁਰਨ ਲੱਗੇ, ਉਹਨੇ ਕਿਹਾ ਇੱਕ ਮਿੰਟ ਜ਼ਰਾ ਠਹਿਰ ਜਾਓ। ਦੋ ਨਾਲ ਉਹਨਾਂ ਨੇ ਨਾ ਗੁਲਾਮ ਢੋਰੇ ਤਲਵਾਰਾਂ ਮਿਆਨ ਚੋਂ ਕੱਢੀਆਂ, ਉਹਨਾਂ ਨੂੰ ਹੁਕਮ ਦਿੱਤਾ ਕਿ ਜਿੱਥੇ ਵੀ ਇੱਕ ਕਤਰਾ ਡਿੱਗ ਪਿਆ ਇਹਦਾ ਸਰ ਤੁਸਾਂ ਕਲਮ ਕਰਦੇ। ਓਹੋ, ਉਹ ਫਿਰ ਮਤਲਬ ਵਾਪਸ ਉਹ ਗਏ। ਉਹਨੇ ਕਿਹਾ ਜਦੋਂ ਤੁਸੀਂ ਵਾਪਸ ਆਓਗੇ ਨਾ ਤੇ ਤੁਹਾਡਾ ਜਿਹੜਾ ਨਾ ਮਤਲਬ ਕਿ ਸਬਕ ਤੁਹਾਨੂੰ ਮਿਲ ਜਾਏਗਾ। ਉਹ ਬੰਦਾ ਜਨਾਬ ਮਤਲਬ ਕੋਈ ਚੱਕਰ ਲਾ ਕੇ ਆਇਆ ਸ਼ਹਿਰ ਦਾ, ਉਹ ਮਿਆਨ 'ਚ ਤਲਵਾਰਾਂ ਨੰਗੀਆਂ ਸਨ, ਅਗਲੇ ਪਹਿਰੇਦਾਰ ਦੀਆਂ ਵੀ ਤੇ ਪਿਛਲੇ ਪਹਿਰੇਦਾਰ ਦੀਆਂ ਵੀ। ਵਾਪਸ ਆਏ ਤੇ ਉਹਨਾਂ ਕਿਹਾ ਜੀ ਲੇਕਿਨ ਤੁਸੀਂ ਆ ਤੇ ਗਏ ਹੋ, ਤੁਹਾਡੇ ਨਾਲ ਹੁਣ ਇੱਕ ਸਵਾਲ ਹੈ। ਉਹਨੇ ਕਿਹਾ ਦੱਸਾਂ। ਉਹਨੇ ਕਿਹਾ ਤੁਸਾਂ ਹੁਣ ਦੱਸਣਾ, ਜਦੋਂ ਤੁਸੀਂ ਇਹ ਪਿਆਲਾ ਫੜਿਆ ਦੁੱਧ ਦਾ, ਉਦੋਂ ਮੇਰੇ ਤੁਹਾਡੇ ਦਾਈਂ ਤਰਫ ਕੌਣ ਸੀ, ਬਾਈਂ ਤਰਫ ਕੌਣ ਸੀ? ਜਦੋਂ ਤੁਸੀਂ ਬਾਹਰ ਨਿਕਲੇ ਹੋ, ਦੁਨੀਆ ਦੀ ਰੌਣਕਾਂ ਤੁਸੀਂ ਵੇਖੀਆਂ ਹੋਣੀਆਂ ਨੇ, ਮੈਂ ਇਲਾਕਾ ਆਪਣਾ ਬੜਾ ਖੂਬਸੂਰਤ ਬਣਾਇਆ, ਤੁਹਾਨੂੰ ਉਸ ਇਲਾਕੇ ਦੀ ਖੂਬਸੂਰਤੀ ਕੋਈ ਨਜ਼ਰ ਆਈ ਕਿ ਨਹੀਂ ਆਈ? ਉਹਨੇ ਕਿਹਾ ਬੰਦੇ ਖੁਦਾ ਦਿਆ, ਇੱਕ ਪਹਿਰੇਦਾਰ ਅੱਗੇ ਸੀ, ਇੱਕ ਪਹਿਰੇਦਾਰ ਪਿੱਛੇ ਸੀ, ਮੇਰਾ ਧਿਆਨ ਹੀ ਦੁੱਧ ਦੀ ਤਰਫ ਰਿਹਾ, ਮੈਂ ਸੱਜੇ ਖੱਬੇ ਵੇਖੀ ਕੁਛ ਨਹੀਂ। ਉਹਨੇ ਕਿਹਾ ਮੇਰਾ ਧਿਆਨ ਜਿਸ ਤਰ੍ਹਾਂ ਤੂੰ ਆਪਣੇ ਦੁੱਧ ਦੀ ਇੰਜ ਹਿਫਾਜ਼ਤ ਕੀਤੀ ਨਾ, ਮੈਂ ਇਹ ਸਾਰਾ ਕੁਝ ਹੁੰਦੇ ਆ ਆਪਣੇ ਈਮਾਨ ਦੀ, ਆਪਣੀ ਮੁਹੱਬਤ ਇਲਾਹੀ ਦੀ, ਮੁਹੱਬਤ ਰਸੂਲ ਦੀ, ਆਪਣੇ ਇਸ਼ਕੇ ਇਲਾਹੀ ਦੀ, ਇਸ਼ਕੇ ਰਸੂਲ ਦੀ ਇੰਜ ਹਿਫਾਜ਼ਤ ਕੀਤੀ ਕਰਨਾ, ਜਿੱਥੇ ਇੱਕ ਕਤਰਾ ਵੀ ਡਿੱਗਿਆ ਤੇ ਮੇਰਾ ਸਰ ਕਲਮ ਹੋ ਜਾਣਾ, ਮੇਰਾ ਸਾਰਾ ਕੁਝ ਜਾਂਦਾ ਰਹਿਣਾ। ਤੋ ਇਸ ਲਈ ਸਾਨੂੰ ਇਸ ਤਰ੍ਹਾਂ ਦੇ ਔਲੀਆ ਇਕਰਾਮ ਕੋ ਜਾਣਾ ਚਾਹੀਦਾ ਹੈ ਜਿਹੜੇ ਆਪਣੇ ਈਮਾਨ ਦੀ ਹਿਫਾਜ਼ਤ ਖੁਦ ਵੀ ਕਰਦੇ ਨੇ ਔਰ ਲੋਕਾਂ ਨੂੰ ਵੀ ਦੱਸਦੇ ਨੇ ਕਿ ਇਸ ਨਾਲ ਤੁਸੀਂ ਈਮਾਨੇ ਇਸਲਾਮ ਦੀ, ਅਕਾਇਦੇ ਇਸਲਾਮ ਦੀ, ਦੀਨੇ ਇਸਲਾਮ ਦੀ, ਮੁਹੱਬਤ ਰਸੂਲ ਦੀ, ਮੁਹੱਬਤ ਅਹਿਲੇ ਬੈਤ ਦੀ, ਮੁਹੱਬਤ ਅਸਹਾਬ ਦੀ, ਹੈਂਜੀ, ਮੁਹੱਬਤ ਤਾਬੇਈਨ ਦੀ, ਤਬਾ ਤਾਬੇਈਨ ਦੀ, ਆਇਮਾ ਮੁਜਤਹਿਦੀਨ ਦੀ, ਇਹ ਮੁਹੱਬਤ ਤੁਸਾਂ ਜਿਹੜੀ ਹੈ ਨਾ ਮੁਹੱਬਤ ਉਲਮਾ ਇਕਰਾਮ ਦੀ ਆਪਣੇ ਦਿਲ 'ਚ ਰੱਖਣੀ ਔਰ ਰੁੜਨ ਨਹੀਂ ਦੇਣੀ, ਉਹ ਜਿਹੜੇ ਬੰਦੇ ਫਿਰ ਉਸ ਬੰਦੇ ਨੂੰ ਅਗਲੇ ਮੰਜ਼ਲਾਂ ਅਤਾ ਹੁੰਦੀਆਂ ਨੇ। ਲੇਕਿਨ ਅਸਲ 'ਚ ਗੱਲ ਮੇਰੀ ਅੱਖ ਇਸ ਦੀ ਕਾਬਲ ਨਹੀਂ। ਦੇਖੋ ਇਹ ਜਿਹੜੀ ਰੂਹ ਹੈ ਨਾ, ਇਹਨੂੰ ਮੌਤ ਕੋਲ ਨਹੀਂ, ਮੌਤ ਇਹ ਕਲਬੂਤ ਨੂੰ, ਮੇਰੇ ਜਿਸਮ ਨੂੰ, ਜਿਹਦੇ ਅੰਦਰ ਕਲਬੂਤ ਤੋਂ ਮੁਰਾਦ ਜਿਹਦੇ ਵਿੱਚ ਇਹ ਰੂਹ ਹੈ ਨਾ, ਉਹਨੂੰ ਮੌਤ ਹੈ, ਰੂਹ ਨੂੰ ਤਾਂ ਮੌਤ ਹੀ ਕੋਲ ਨਹੀਂ। ਇਹ ਤੁਸੀਂ ਜਾਣ ਸੀ ਮੈਂ ਜਾਂਦੇ ਹਾਂ ਕਬਰਸਤਾਨ ਤੇ ਕੀ ਕਹਿੰਦੇ ਹਾਂ, ਅਸਲਾਮ ਅਲੈਕੁਮ ਯਾ ਅਹਲ ਕਬੂਰ, ਉਹ ਸਲਾਮ ਤੇ ਵੀ ਥੋੜਾ ਵੀ ਕਹਿੰਦੇ ਤੁਹਾਡੇ ਤੇ ਸਲਾਮਤੀ ਹੋਵੇ, ਮਰਨ ਵਾਲੇ ਹੋ ਹੈ, ਕਬਰਾਂ ਲਿਓ ਤੁਹਾਡੇ ਤੇ ਸਲਾਮਤੀ ਹੋਵੇ। ਤੇ ਰਿਵਾਇਤ ਇਹ ਕਿ ਸਾਰੇ ਸੁਣਦੇ ਨੇ, ਚਾਹੇ ਕਬਰ ਕਬਰਸਤਾਨ 'ਚ ਵੜਨ ਵਾਲਾ ਪਹਿਲਾ ਕਬਰ ਵਾਲਾ ਹੋਵੇ ਤੇ ਭਾਵੇਂ ਆਖਰੀ ਕਬਰ ਵਾਲਾ ਹੋਵੇ, ਆਖਰੀ ਕਬਰ ਵਾਲਾ ਹੋਵੇ, ਅੱਛਾ ਉਹ ਕਬਰ ਵਾਲਾ ਸੁਣ ਰਿਹਾ
ਅੱਲਾ ਦਾ ਵਲੀ ਨਹੀਂ ਸੁਣ ਰਿਹਾ, ਕੈਸੀ ਇਹਨਾਂ ਦੀ ਅਕਲ ਮੱਤ ਵਿੱਚ, ਆਪਣਾ ਉਹ ਕਬਰ ਵਾਲਾ ਸੁਣ ਰਿਹਾ ਜਿਸ ਤੇ ਅਜ਼ਾਬ ਹੋ ਰਿਹਾ ਉਹ ਵੀ ਸੁਣ ਰਿਹਾ ਹੈ। ਹਾਂਜੀ ਇਹ ਮਦੀਨੇ ਚ ਬੈਠੇ ਨਬੀ ਪਾਕ ਸੱਲ੍ਹਾ ਅਲੈਹਿ ਵਸੱਲਮ ਦਾ ਮਾਡਲ ਉਹ ਨਹੀਂ ਸੁਣ ਰਿਹਾ। ਅਸਤਗਫਰੁੱਲਾਹ, ਦੇਖੋ ਸਫਿਆਨ ਭਾਈ, ਇਹਨਾਂ ਵਾਸਤੇ ਅਗਰ ਅਕਲ ਇਹਨਾਂ ਦੀ ਅੱਛੀ ਹੋਵੇ, ਇਹਨਾਂ ਲੋਕਾਂ ਦੇ ਮਾਮਲਾ ਅੱਛੇ ਹੋਣ ਨਾ, ਤੇ ਕੁਰਾਨੇ ਪਾਕ ਦੇ ਵਿੱਚ ਇਹ ਪ੍ਰੋਪਰ ਇੱਕ ਵਾਕਿਆ ਲਿਖਿਆ ਹੈ, ਠੀਕ ਹੈ। ਅਗਰ ਸਮਝ ਰੱਖਣ ਵਾਲੇ ਹੋਣ ਹੈ ਲੋਕ ਨਾ, ਤੇ ਬੜਾ ਵੱਡਾ ਵਾਕਿਆ ਹੈ ਕੁਰਾਨ ਪਾਕ ਦੇ ਵਿੱਚ, ਇਲਮੇ ਗਾਇਬ ਤੇ ਨਬੀ ਪਾਕ ਸੱਲ੍ਹਾ ਦੇ ਉੱਤੇ ਬੜਾ ਵੱਡਾ ਵਾਕਿਆ ਹੈ। ਮਸਜਿਦ ਦਰਾਰ ਦਾ ਵਾਕਿਆ ਸ਼ਾਇਦ ਤੁਸੀਂ ਸੁਣਿਆ ਹੋਵੇ, ਇਹਦੇ ਵਿੱਚ ਪ੍ਰੋਪਰ ਕੁਰਾਨੇ ਪਾਕ ਦੇ ਵਿੱਚ ਪੂਰਾ ਇੱਕ ਵਾਕਿਆ ਹੈ। ਔਰ ਸਲਾਮ ਦੀ ਉਹ ਵਾਹਦ ਮਸਜਿਦ ਸੀ ਜਿਹਦੇ ਬਾਰੇ ਕਿਹਾ ਗਿਆ ਕਿ ਇਸ ਮਸਜਿਦ ਨੂੰ ਤੋੜ ਦਿਓ। ਮੁਨਾਫਕੀਨ ਦੇ ਮਾਮਲਾਤ, ਔਰ ਉਹਨਾਂ ਨੇ ਮੈਂ ਉੱਥੇ ਬਹਿ ਕੇ ਕੀ ਕੀਤਾ, ਫਿਰ ਨਬੀ ਪਾਕ ਸੱਲ੍ਹਾ ਨੂੰ ਹੁਕਮ ਹੋਇਆ, ਫਿਰ ਆਪਨੇ ਨਾਮ ਲੈ ਕੇ ਮੁਨਾਫਕੀ ਨੂੰ ਉਠਾਇਆ। ਇਹ ਅਕਲ ਵਾਲੇ ਪਾਸੇ ਹੈ ਨਾ ਜਿਹੜੇ, ਵੇਖੋ ਸਾਨੂੰ ਸਾਡੇ ਜਿਹੜੇ 90% ਲੋਕ ਸਾਡੇ ਜਿਹੜੇ ਅਸੀਂ ਮੁਸਲਮਾਨ ਸਾਡੇ ਜਿਹੜੇ ਭਾਈ ਜਿਹੜੇ ਡਿਸਟਰਬ ਹੁੰਦੇ ਨੇ, ਉਹਨਾਂ ਨੂੰ ਆਇਤਾਂ ਸੁਣਾਈਆਂ ਜਾਂਦੀਆਂ ਸ਼ਿਰਕ ਬਿਦਤ ਦੀਆਂ। ਬਾਈ ਸਫਿਆਨ ਜੀ ਮੈਂ ਸੁਣ ਰਿਹਾ ਜੀ ਤੁਹਾਡੀ ਗੱਲ। ਹਾਂਜੀ, ਸ਼ਿਰਕ ਬਿਦਤ ਦੀਆਂ ਆਇਤਾਂ ਸੁਣਾਈਆਂ ਜਾਂਦੀਆਂ, ਸਾਨੂੰ ਪਤਾ ਹੀ ਨਹੀਂ ਹੈ ਸ਼ਿਰਕ ਦੀ ਆਇਤ ਕਿਸ ਮੌਕੇ ਤੇ ਉਤਰੀ ਸੀ ਤੇ ਕਿਸ ਵਾਸਤੇ ਉਤਰੀ ਸੀ। ਸਾਨੂੰ ਅਸੀਂ ਇਲਮ ਰੱਖਦੇ ਹੋਈਏ, ਅਸੀਂ ਖੁਦ ਪੜਨ ਵਾਲੇ ਹੋਈਏ, ਤੇ ਸਾਨੂੰ ਪਤਾ ਹੋਵੇ, ਅਸੀਂ ਉਹਨੂੰ ਦੱਸੀਏ, ਉਹਦਾ ਮੂੰਹ ਤੋੜੀਏ ਕਿ ਭਾਈ ਹੈ ਤੇ ਫਲਾਣੇ ਮੌਕੇ ਅਸੀਂ ਆਇਤ ਉਤਰੀ, ਤੂੰ ਮੈਨੂੰ ਪੜ ਪੜ ਕੇ ਸੁਣਾਈ ਜਾ ਰਹੇ ਹੈ। ਉਹ ਮੈਨੂੰ ਕੋਈ ਨਬੀ ਦੇ ਇਸ਼ਕ ਦੀ ਆਇਤ ਸੁਣਾ, ਮੈਨੂੰ ਕੋਈ ਉਹ ਵਾਲੀ ਆਇਤ ਸੁਣਾ ਜਿਹਦੇ ਬਾਰੇ ਫਰਮਾਇਆ ਗਿਆ ਕਿ ਨਬੀ ਦੀ ਸ਼ਾਂ ਦੇ ਵਿੱਚ ਉੱਚਾ ਨਹੀਂ ਬੋਲਣਾ, ਆ ਕੇ ਨਬੀ ਦੇ ਸਾਹਮਣੇ ਉੱਚਾ ਨਹੀਂ ਬੋਲਣਾ, ਆ ਕੇ ਮੈਨੂੰ ਕੋਈ ਇਹੋ ਜਿਹੀ ਆਇਤ ਸੁਣਾ, ਮੈਨੂੰ ਤੂੰ ਸ਼ਿਰਕ ਬਿਦਤ ਦੀ ਆਇਤ ਸੁਣਾ ਕੇ ਤੂੰ ਕਿਹੜੇ ਪਾਸੇ ਤੋੜਨ ਦੇ ਹੈ। ਸਾਨੂੰ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ, ਕਿਉਂਕਿ ਅਸੀਂ ਪੜ੍ਹੇ ਨਹੀਂ ਹੋਏ। ਸਾਨੂੰ ਜਿਹੜਾ ਜਿੱਥੇ ਲਾਂਦਾ ਸੀ ਉਹਦੇ ਪਿੱਛੇ ਤੁਰ ਪੈਂਦੇ ਹਾਂ, ਉਹ ਨਹੀਂ ਜੀ ਨਹੀਂ, ਇਹ ਕਰਨਾ ਤਾਂ ਗੁਨਾ ਹੈ, ਇਹ ਗੁਨਾ ਤਾਂ ਸ਼ਿਰਕ ਹੈ। ਨਬੀ ਪਾਕ ਸੱਲ੍ਹਾ ਨੇ ਫਰਮਾਇਆ ਤਾਂ ਆਪਣੀ ਜ਼ਿੰਦਗੀ ਦੇ ਵਿੱਚ, ਜ਼ਾਹਰੀ ਜ਼ਿੰਦਗੀ 'ਚ, ਕਿ ਮੈਨੂੰ ਆਪਣੀ ਉਮਤ ਕੋ ਸ਼ਿਰਕ ਦੀ ਆਉਂਦੀ ਨਹੀਂ, ਕਿਸੇ ਕਿਸੇ ਦਾ ਡਰ ਹੀ ਨਹੀਂ ਸ਼ਿਰਕ ਦਾ, ਅਸੀਂ ਇੱਥੇ ਸ਼ਿਰਕ ਦੇ ਫਤਵੇ। ਅੱਛਾ, ਇਹਨਾਂ ਨੂੰ ਪੁੱਛਿਆ ਜਾਏ ਨਾ, ਹੁਣ ਦੇਖੋ ਸ਼ਿਰਕ ਦੀ ਜਿਹੜੀ ਇੱਕ ਸਾਦਾ ਤਾਰੀਫ ਹੈ ਉਹ ਅਸਤਗਫਰੁੱਲਾ, ਕੋਈ ਵੀ ਮੁਸਲਮਾਨ ਕਿਸੇ ਵੀ ਅੱਲਾ ਦੇ ਵਲੀ ਨੂੰ ਅਸਤਗਫਰੁੱਲਾ ਵਾਜਬੁਲ ਵਜੂਦ ਨਹੀਂ ਮੰਨਦਾ। ਵਾਜਬੁਲ ਵਜੂਦ ਕਿ ਖੁਦ ਬਖੁਦ ਉਸ ਅੱਲਾ ਦੇ ਵਲੀ ਦੀ ਕੋਈ ਪੈਦਾਇਸ਼ ਹੈ, ਅੱਲਾ ਦੇ ਵਲੀ ਦੀ ਕੋਈ ਇਸ ਦੁਨੀਆਂ ਤੋਂ ਜਾਣ ਵਾਸਤੇ ਕੋਈ ਵਫਾਤ ਹੈ, ਕੋਈ ਮੌਤ ਹੈ, ਉਹ ਵਾਜਬੁਲ ਵਜੂਦ ਤੇ ਨਾ ਹੋਇਆ ਅੱਲਾ ਦਾ ਵਲੀ। ਨਾ ਕੋਈ ਕਿਸੇ ਅੱਲਾ ਦੇ ਵਲੀ ਨੂੰ ਕੋਈ ਅਹਲੂ ਸੁਨਨਾ ਵਾ ਜਮਾਤ ਦੇ ਵਿੱਚ ਇਬਾਦਤ ਦਾ ਹੱਕਦਾਰ ਸਮਝਦਾ ਹੈ, ਫਿਰ ਸ਼ਿਰਕ ਕਿੱਥੋਂ ਹੋ ਗਿਆ? ਅਗਰ ਅਸੀਂ ਉਹਨਾਂ ਇਹ ਜਿਹੜੀ ਇਸਤਮਦਾਦ ਹੈ ਨਾ, ਮਦਦ ਤਲਬ ਕਰਨਾ ਜਿਹਨੂੰ ਆਨੇ, ਇਹ ਜਿਹੜੀ ਮਦਦ ਤਲਬ ਕਰਨਾ ਹੈ, ਇਹ ਕੁਰਾਨੋ ਹਦੀਸ ਤੋਂ ਸਾਬਤ ਹੈ। ਔਰ ਇਸ ਮੇਰੇ ਕੋਲ ਹਵਾਲੇ ਨੇ ਜਿਹੜੇ ਸਾਡੇ ਦੋਸਤ ਦੂਸਰੇ ਮਸਾਲਕ ਦੇ ਨਾਲ ਤਲਕ ਰੱਖਦੇ ਨੇ ਨਾ, ਚਾਹੇ ਉਹ ਦਿਓਬੰਦੀ ਨੇ, ਦਿਓਬੰਦੀ ਨੇ ਚਾਹੇ ਉਹ ਕੀ ਉਹਨੂੰ ਕਹਿੰਦੇ ਨੇ ਅਹਿਲੇ ਹਦੀਸ ਆਪਣੇ ਆਪ ਨੂੰ ਕਹਲਵਾਉਂਦੇ ਨੇ, ਉਹਨਾਂ ਦੀ ਕਿਤਾਬਾਂ ਤੋਂ ਸਾਬਤ ਹੈ ਕਿ ਲਿਖਿਆ ਉਹਨਾਂ ਨੇ ਆਪਣੀਆਂ ਕਿਤਾਬਾਂ ਤੋਂ, ਹੱਤਾ ਕਿ ਇੱਥੋਂ ਤੱਕ ਲਿਖਿਆ ਹੈ ਕਿ ਜਿਹੜਾ ਬੰਦਾ ਫੌਤ ਹੋ ਜਾਂਦਾ ਨਾ, ਅਹਿਲੇ ਕਬੂਰ ਜਿਹੜੇ ਨੇ ਉਹ ਜ਼ਿਆਦਾ ਮਦਦ ਕਰਦੇ ਨੇ। ਮੈਂ ਤੁਹਾਨੂੰ ਕਹਿ ਰਿਹਾ ਵੇਖੋ ਨਾ, ਇਹ ਸਮਝ ਵਾਸਤੇ ਬੇਬਾ ਗੱਲ, ਕੁਰਾਨੇ ਪਾਕ 'ਚ ਹੈਗਾ ਕਿ ਜੇ ਤੁਸੀਂ ਆਪਣੀ ਜਾਨਾਂ 'ਤੇ ਜ਼ੁਲਮ ਕਰ ਦਿਓ ਅਤੇ ਮੇਰੇ ਹਬੀਬ ਦੇ ਹਜ਼ੂਰ ਹਾਜ਼ਰ ਹੋਵੋ, ਤਾਂ ਉਹਨਾਂ ਨੂੰ ਕਹੋ ਮੇਰੀ ਸਿਫਾਰਿਸ਼ ਕਰਨ,
ਤੇ ਮੈਂ ਆਪਣੇ ਨਬੀ ਦੀ ਸਿਫਾਰਿਸ਼ ਮੰਨਾਂਗਾ, ਆਪਣੇ ਹਬੀਬ ਦੀ ਸਿਫਾਰਿਸ਼ ਮੰਨਾਂਗਾ, ਤੇ ਰੱਬ ਨੇ ਇਹ ਕਿਉਂ ਨਹੀਂ ਕਿਹਾ ਸਿੱਧਾ ਡਾਇਰੈਕਟ ਮੇਰੇ ਕੋਲ ਆਓ? ਸਾਨੂੰ ਸ਼ਿਰਕ ਦੀਆਂ ਆਇਤਾਂ ਪਰ ਪੜ੍ਹ ਕੇ ਸੁਣਾਉਂਦੇ ਨੇ ਕਿ ਨਬੀ ਅੱਲਾਹ ਤਬਾ ਤਾਲਾ ਨੇ ਆਇਤ ਨਾਜ਼ਲ ਆਇਤ ਸੁਣਾਉਂਦੇ ਨੇ ਸ਼ਿਰਕ ਦੀ ਕਿ ਮੇਰੇ ਅੱਗੇ ਸਿਰ ਝੁਕਾਓ ਮੇਰੇ ਸਿਰ। ਉਹ ਯਾਰ ਵੇਖੋ ਆਇਤ ਨਾਜ਼ਲ ਕਦੋਂ ਹੋਈ, ਉਹਦਾ ਮੌਕਾ ਕੀ ਸੀ, ਵਕਤ ਕੀ ਸੀ? ਉਸ ਵਕਤ ਮੁਸਲਮਾਨਾਂ ਦੀ ਸ਼ੁਰੂ ਤਰਬੀਅਤ ਸੀ, ਕੱਚੀ ਕਲਾਸ 'ਚ ਦਾਖਲ ਸੀ ਮੁਸਲਮਾਨ, ਜਦੋਂ ਪਹਿਲੀ ਤਰਬੀਅਤ ਆਪਦੀ ਮੱਕੇ ਤੋਂ ਸ਼ੁਰੂ ਹੋਈ ਹੈ, ਤੇ ਉਹਨਾਂ ਦੀ ਵਜ੍ਹਾ ਵਜੂਹਾਤ ਹੈ ਸੀ ਤਾਂ ਕਿ ਉਹਨਾਂ ਨੂੰ ਆਇਤਾਂ ਨਾਜ਼ਲ ਹੋ ਰਹੀਆਂ ਸੀ। ਹਾਂਜੀ ਕੁਰੇਸ਼ ਭਾਈ, ਗੱਲ ਹੈ ਵੀ ਕਿ ਜਿਸ ਬੰਦੇ ਨੂੰ ਇਸਲਾਮ ਚ ਰਹਿੰਦੇ ਹੋਇਆ ਹਕੀਕਤ ਔਰ ਮਜਾਜ਼ ਇਹਦਾ ਇਹਦੀ ਸਮਝ ਆ ਗਈ ਨਾ, ਉਹਨੂੰ ਨਾ ਮਤਲਬ ਕਿ ਇਹ ਰੌਲੇ ਹੀ ਨਹੀਂ ਪੈਂਦੇ। ਸੁਫਿਆਨ ਭਾਈ, ਇਹ ਸਮਝ ਵੀ ਉਹਨੂੰ ਹੀ ਆਏਗੀ ਜਿਹੜਾ ਆਪਣੇ ਰੱਬ ਕੋਲ ਸਮਝ ਮੰਗੇਗਾ। ਗਈ ਆ ਬਾਰੀ ਤਾਲਾ ਕਹਿੰਦੇ ਨੀ ਇਸ ਦੀ ਨਸਰ ਆਦਲ ਮੁਸਤਾਕੀਮ, ਇਹ ਫਿਰ ਉੱਤੋਂ ਉੱਤੋਂ ਹੀ ਕਹਿੰਦੇ ਨੇ, ਫਿਰ ਦਿਲੋਂ ਨਹੀਂ ਕਹਿੰਦੇ। ਨਹੀਂ ਉਹ ਅੱਗੇ ਤੇ ਵੀ ਹੈ ਸਿਰਾਤ ਮੁਸਤਕੀਮ ਸਿਰਾਤ ਅਲਜ਼ੀਨ ਅਨਅਮਤ ਅਲੈਹਿਮ ਗੈਰ ਮਗਦੂਬ ਅਲੈਹਿਮ ਵਲਦਾਲੀਨ। ਮੈਂ ਉਹੀ ਕਹਿਣਾ ਕਿ ਇਹ ਉਤੋਂ ਉਤੋਂ ਹੀ ਫਿਰ ਕਹਿੰਦੇ ਦਿਲੋਂ ਨਹੀਂ ਪੜਦੇ, ਫਿਰ ਜਿੰਨੇ ਦਿਲੋਂ ਇਸ ਦੀ ਨਸਰ ਆਦਲ ਪੜਿਆ ਨਾ ਇਨਾਮ ਵਾਲਿਆਂ ਦੇ ਕੋਲ ਤੇ ਬਹਿੰਦੇ ਹੀ ਨਹੀਂ ਨਾ। ਅੱਛਾ ਸੁਫੀਆਨ ਭਾਈ, ਅਸਲਾਮ ਅਲੈਕੁਮ ਰਹਿਮਤੁਲਾਹਿ ਬਰਕਾਤੁ, ਬਾਕੀ ਕੁਰੇਸ਼ੀ ਭੈਣਾਂ ਤੇ ਮੇਰੀ ਅੱਗੇ ਗੱਲ ਹੋਈ ਹੈ। ਸੁਫੀਆਨ ਭਾਈ ਕਿਵੇਂ ਹੋ, ਖੈਰੀਅਤ ਨਾਲ ਹੋ? ਜੀ ਅਲਹਮਦੁਲਿਲਾ। ਉਹ ਤੁਸੀਂ ਨੰਬਰ ਭੇਜਿਆ ਆਪ ਹੀ ਕਹਿੰਦੇ ਹੋ ਪਰਸੋਂ ਚੌਥ ਮੁਫਤੀ ਸਾਹਿਬ ਨੂੰ ਕਿ ਮੇਰਾ ਨੰਬਰ ਨਹੀਂ ਚੱਲਦਾ, ਤੇ ਮੈਂ ਆਖਿਆ ਪਤਾ ਉਹ ਨਾ ਅਸਲ ਦੇ ਵਿੱਚ ਨਾ ਮੋਬਾਈਲ ਉਹ ਮੇਰਾ ਜਿਹੜਾ ਵੀ ਨਾ ਖਰਾਬ ਹੋਇਆ ਸੀ, ਉਹ ਅੱਜ ਮੈਂ ਠੀਕ ਕਰ ਲਿਆ ਵੇ ਆਪ ਹੀ ਖੁਦ। ਮੈਂ ਮਕੈਨਿਕ ਆ, ਲੇਕਿਨ ਉਹ ਕਹਿੰਦੇ ਨੇ ਚਿਰਾਗ ਤਲੇ ਹਮੇਸ਼ਾ ਦੇ ਰਹਿੰਦਾ ਜੀ, ਨਹੀਂ ਹਮੇਸ਼ਾ ਨਹੀਂ ਜੀ ਹੁੰਦਾ, ਮਸੂਫ ਰਿਹਾ ਬੜਾ। ਅੱਛਾ ਅੱਗੇ ਨਾ ਇਹ ਆਇਤ ਮੁਬਾਰਕਾ ਪੜ੍ਹ ਸਨ ਨਾ ਕੁਰੇਸ਼ੀ ਭਾਈ, ਕਿਸੇ ਦਿਨ ਸਿਰਾਤ ਅਲਜ਼ੀਨਾ ਅਨਅਮਤ ਅਲੈਹਿਮ, ਤੇ ਉਹ ਤੁਸੀਂ ਦੇਖੋ ਕਿ ਜੀ ਹਦਾਇਤ ਦੇਣ ਵਾਲਾ ਮੈਂ ਵਾ। ਅੱਲਾ ਕੁਰਾਨ ਚ ਪਿਆ ਫਰਮਾਂਦਾ ਵੇ ਕਿ ਜਿਹਨੂੰ ਮੈਂ ਹੀ ਹਦਾਇਤ ਦੇਣਾ ਵਾ ਨਾ ਉਹੀ ਹਦਾਇਤ ਹੈ, ਉਹਦੇ ਤੋਂ ਇਲਾਵਾ ਹੋਰ ਕੋਈ ਹਦਾਇਤ ਨਹੀਂ। ਲੇਕਿਨ ਸੂਰੇ ਫਾਤਿਹਾ ਦੇ ਅੰਦਰ ਸੂਰੇ ਫਾਤਿਹਾ ਦੇ ਅੰਦਰ ਹੈ ਵੇ ਕਿ ਅਸੀਂ ਅੱਲਾਹ ਕੋ ਦੁਆ ਕਰਦੇ ਹਾਂ ਕਿ ਯਾ ਅੱਲਾਹ ਸਾਨੂੰ ਉਹਦੇ ਉਹਨਾਂ ਦੇ ਰਸਤੇ ਤੇ ਚਲਾ ਜਿਨ੍ਹਾਂ ਤੇ ਤੂੰ ਇਨਾਮ ਫਰਮਾਇਆ ਵੇ। ਹਾਲਾਂਕਿ ਰਸਤਾ ਕਿਹਦਾ ਵੇ? ਰਸਤਾ ਹੈਗਾ ਵੇ ਅੱਲਾਹ ਦਾ, ਅੱਲਾਹ ਦੇ ਰਸੂਲ ਦਾ। ਲੇਕਿਨ ਦੁਆ ਵੀ ਅਸੀਂ ਕਰਨੇ ਪਏ ਹਾਂ ਕਿ ਸਾਨੂੰ ਬਾਬੇ ਬਜ਼ੁਰਗਾਂ ਦੇ ਰਸਤੇ ਤੇ ਚਲਾ, ਸਾਹਬਾਂ ਦੇ ਰਸਤੇ ਤੇ ਚਲਾ, ਅਹਿਲੇ ਬੈਤ ਦੇ ਰਸਤੇ ਤੇ ਚਲਾ। ਹਾਂਜੀ ਹਸਨ ਭਾਈ, ਗੱਲ ਫਿਰ ਵੇਖੋ ਨਾ ਉਹੀ ਆ ਜਾਂਦੀ ਹੈ, ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਸੁਣਦੇ ਹੋਵੋਗੇ ਮੇਰੀ ਤੇ ਸੁਫੀਆਨ ਭਾਈ ਦੀ ਗੱਲ, ਕੁਝ ਸੂਰਤਾਂ ਮੱਕੀ ਸੂਰਤਾਂ ਨੇ, ਕੁਝ ਮਦਨੀ ਸੂਰਤਾਂ ਨੇ, ਤੇ ਸਾਨੂੰ ਜ਼ਿਆਦਾਤਰ ਲੋਕਾਂ ਨੂੰ ਉਸ ਚੀਜ਼ ਦੀ ਸਮਝ ਹੀ ਨਹੀਂ। ਉਸ ਮੱਕੀ ਸੂਰਤਾਂ ਪੜ੍ਹ ਪੜ੍ਹ ਕੇ ਲੋਕਾਂ ਨੂੰ ਡਰਾਈ ਜਾਂਦੇ ਨੇ, ਦੱਸਦੇ ਨੀ ਕਿ ਇਹਦਾ ਮੌਕਾ ਕੀ ਸੀ, ਮੁਨਾਸਬਤ ਕੀ ਸੀ, ਕਿਉਂ ਉਤਰੀ ਉਸ ਵਕਤ, ਲੋਕੀ ਕੀ ਕੰਮ ਕਰਦੇ ਪਏ ਜਦੋਂ ਇਹ ਸੂਰਤ ਆਇਤ ਉਤਰੀ ਹੈ? ਸੂਰਿਆ ਫਾਤਿਹਾ ਦੀ ਅਗਰ ਕੋਈ ਬੰਦਾ ਅਗਰ ਤਫਸੀਰ ਕਰਨ ਬਹਿ ਜਾਏ ਨਾ, ਅਗਰ ਕੋਈ ਬੰਦਾ ਸਾਹਿਬ ਇਲਮ, ਅੱਲਾਹ ਨੇ ਉਹਨੂੰ ਇੰਨੀ ਮਾਰਫਤ ਅਤਾ ਫਰਮਾਈ ਹੋਏ, ਤੇ ਮੇਰੇ ਖਿਆਲ ਦੇ ਨਾਲ ਉਹਦੀ ਪੂਰੀ ਜ਼ਿੰਦਗੀ ਗੁਜ਼ਰ ਜਾਏ ਨਾ ਸੂਰਿਆ ਫਾਤਿਹਾ ਦੀ, ਸਿਰਫ ਸਿਰਫ ਸੂਰਿਆ ਫਾਤਿਹਾ ਦੀ, ਕੁਰਾਨ ਦੀ ਜਿਹੜੀ ਪਹਿਲੀ ਆਇਤ ਹੈ, ਉਹਦੀ ਉਹਦੀ ਸਾਰੀ ਜ਼ਿੰਦਗੀ ਗੁਜ਼ਰ ਜਾਏ ਨਾ, ਤੇ ਉਹ ਸਿਰਫ ਇਸ ਆਇਤ ਦੀ ਤਫਸੀਰ ਹੀ ਲਿਖਦਾ ਰਹੇ। ਬਿਲਕੁਲ ਸਹੀ, ਬਿਲਕੁਲ, ਤੇ ਉਹਦੇ ਕਲਮ ਦੀ ਸਿਆਹੀ ਸੂਰਾ ਫਾਤਿਹਾ ਦੀ ਇੰਨੀ ਕੁ ਗਹਿਰਾਈ, ਸਿਰਫ ਇੱਕ ਸੂਰਤ ਜਿਹੜੀ ਹੈ ਨਾ,
ਇਹ ਆਪਣੇ ਅੰਦਰ ਰੱਖਦੀ ਸੂਰਹ ਫਾਤਿਹਾ, ਜਿਹਨੂੰ ਕਿ ਸਾਡੇ ਮੁਖਾਲਫ ਜਿਹੜੇ ਨੇ ਉਹ ਸਾਡੇ ਹੀ ਸਾਨੂੰ ਹੀ ਗਲਤ ਸਾਬਤ ਕਰਨ ਵਾਸਤੇ ਸੂਰਹ ਫਾਤਿਹਾ ਪੜ੍ਹ ਪੜ੍ਹ ਕੇ ਸਾਨੂੰ ਸੁਣਾਉਂਦੇ ਨੇ, ਪੜ੍ਹ ਪੜ੍ਹ ਕੇ ਸੁਣਾਉਂਦੇ ਨੇ। ਬਿਲਕੁਲ ਸਹੀ, ਬਿਲਕੁਲ ਸਹੀ, ਅੰਦਾਜ਼ਾ ਕਰੋ ਤੁਸੀਂ ਇਹਨਾਂ ਦੀ ਜਹਾਲਤ ਦਾ, ਤੁਸੀਂ ਅੰਦਾਜ਼ਾ ਕਰੋ। ਬਿਲਕੁਲ ਬਿਲਕੁਲ, ਫਿਰ ਉਹੀ ਨਾ ਕਿ ਸਾਨੂੰ ਲੋਕਾਂ ਨੂੰ ਇਸ ਚੀਜ਼ ਅਸੀਂ ਜਦੋਂ ਕਰਾਂਗੇ ਪੜਾਂਗੇ ਨਾ ਫਿਰ ਸਾਨੂੰ ਸਮਝ ਹੋਏਗੀ ਨਾ, ਫਿਰ ਅਸੀਂ ਉਹਨੂੰ ਗੱਲ ਦਾ ਜਵਾਬ ਦੇ ਸਕਾਂਗੇ। ਅਸੀਂ ਅੱਲਾਹ ਤਾਲਾ ਕੋ ਹਦਾਇਤ ਮੰਗਦੇ ਹੀ ਨਹੀਂ, ਅਸੀਂ ਅੱਲਾਹ ਅਸੀਂ ਤੇ ਰੱਬ ਹਦਾਇਤ ਵੀ ਅੱਲਾਹ ਤਾਲਾ ਦੀ ਦਾ ਕਹਿੰਦੀ ਮੈਂ ਉਹਨੂੰ ਦੇਣੀ ਆ ਕਿ ਉਹਨੂੰ ਹਦਾਇਤ ਮਿਲੇਗੀ ਜਿਹੜਾ ਹਦਾਇਤ ਮੰਗੇਗਾ, ਜਿਹੜਾ ਕੋਸ਼ਿਸ਼ ਕਰੇਗਾ, ਜਿਹੜਾ ਆਪਣੀ ਸਲਾਹ ਕਰੇਗਾ। ਬਿਲਕੁਲ ਅੱਛਾ ਜੀ, ਤੁਸੀਂ ਦੇਖੋ ਕਿ ਹਜ਼ਰਤ ਮੂਸਾ ਤੇ ਹਜ਼ਰਤ ਹਜ਼ਰਤ ਖਿਜ਼ਰ ਅਲੈਹਿਸ ਸਲਾਮ ਦਾ ਜਿਹੜਾ ਵਾਕਿਆ ਹੈ ਨਾ, ਜਾਂ ਉਹ ਜਿਹੜੀ ਸੂਰਹ ਕਹਫ ਹੈ, ਉਹ ਇੱਕ ਜਿਹੜੀ ਸੂਰਤ ਹੈ ਨਾ, ਅਗਰ ਉਹਨੂੰ ਤੁਸੀਂ ਤਖੈਯੁਲ ਦੇ ਅੰਦਰ ਤੁਸੀਂ ਅਗਰ ਤੁਸੀਂ ਉਹਨੂੰ ਇੱਕ ਇਮੈਜਿਨ ਕਰੋ ਨਾ ਤੁਸੀਂ, ਤੇ ਇਮੈਜਿਨ ਕਰਕੇ ਤੁਸੀਂ ਦੇਖੋ ਕਿ ਅੱਲਾਹ ਤਾਲਾ ਦੀ ਜ਼ਾਤ ਇੱਕ ਨਬੀ ਦੀ ਜਿਹੜੀ ਟ੍ਰੇਨਿੰਗ ਹੈ, ਉਹਦੀ ਟ੍ਰੇਨਿੰਗ ਯਾਨੀ ਇੱਕ ਵਲੀ ਦੇ ਕੋਲੋਂ ਜਿਹੜਾ ਹੈ ਨਾ, ਉਹ ਇੱਕ ਨਬੀ ਦੀ ਟ੍ਰੇਨਿੰਗ ਹੋ ਰਹੀ ਹੈ, ਟ੍ਰੇਨਿੰਗ ਹੋ ਰਹੀ ਹੈ। ਤੇ ਕਹਿੰਦੇ ਨੇ ਇਲਮ ਗੈਬ ਕਿਸੇ ਦੇ ਕੋਲ ਨਹੀਂ ਹੁੰਦਾ, ਤੇ ਉਹ ਮੈਨੂੰ ਦੱਸੋ ਕਿ ਉਹ ਬੱਚਾ ਜਿਹੜਾ ਮਾਰਿਆ, ਕਿਆ ਉਹਨੇ ਆਪਣੇ ਮਾਂ ਬਾਪ ਨੂੰ ਗੁਮਰਾਹ ਕਰ ਦਿੱਤਾ ਦਾ ਸੀ? ਨਹੀਂ। ਕਿਆ ਆਪਣੇ ਮਾਂ ਬਾਪ ਨੂੰ ਕਾਫਰ ਕਰ ਦਿੱਤਾ ਦਾ ਸੀ ਉਹਨੇ? ਕਿਆ ਉਹ ਜਿਹੜੀ ਕਸ਼ਤੀ ਨੂੰ ਜਿਹੜਾ ਉਹ ਸੀ ਆਪਣਾ ਅੱਲਾਹ ਤੁਹਾਡਾ ਭਲਾ ਕਰੇ ਕਸ਼ਤੀ ਚ ਸੁਰਾਖ ਕੀਤਾ, ਕਿਆ ਉਹ ਜਿਹੜੇ ਸਨ ਉਹਦੇ ਕਰਿੰਦੇ ਬਾਦਸ਼ਾਹ ਦੇ, ਕਿਆ ਉਹਨਾਂ ਨੇ ਕਸ਼ਤੀ ਖੋਹ ਲਈ ਸੀ? ਕਿਆ ਉਹ ਜਿਹੜੀ ਦੀਵਾਰ ਬਣਾਈ, ਕਿਆ ਉਹਦੇ ਥੱਲੇ ਖਜ਼ਾਨਾ ਨਿਕਲ ਆਇਆ ਦਾ ਸੀ? ਨਹੀਂ ਸੀ ਨਿਕਲਿਆ ਦਾ, ਨਾ ਉਹ ਕਸ਼ਤੀ ਖੋਈ ਗਈ ਸੀ, ਨਾ ਉਹ ਬੱਚੇ ਨੇ ਹਦੇ ਤਿਕਰਾਂ ਆਪਣੇ ਮਾਂ ਬਾਪ ਨੂੰ ਗੁਮਰਾਹ ਕੀਤਾ ਦਾ ਸੀ, ਨਾ ਉਹਨਾਂ ਨੂੰ ਕਾਫਰ ਕੀਤਾ ਦਾ ਸੀ। ਇਹ ਤੇ ਸਾਰੇ ਵਾਕਿਆ ਤਾਂ ਪੇਸ਼ ਆਉਣੇ ਸਨ। ਫਿਰ ਇੱਕ ਹੋਰ ਚੀਜ਼, ਉਹ ਜਿਹੜੇ ਅੱਲਾਹ ਦੇ ਵਲੀ ਸਨ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਸਬਰ ਕਰ ਸਕੋਗੇ, ਤੁਸੀਂ ਨਹੀਂ ਸਬਰ ਕਰ ਸਕੋਗੇ। ਉਹ ਸੱਚੀ ਗੱਲ ਸਾਬਤ ਹੋਈ ਉਹਨਾਂ ਦੀ, ਹਰ ਵਾਕਿਆ ਦੇ ਬਾਅਦ ਉਹਨਾਂ ਦੀ ਗੱਲ ਸੱਚੀ ਸਾਬਤ ਹੋਈ, ਜਿਹੜੀ ਗੱਲ ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤੀ ਸੀ। ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਸਬਰ ਨਹੀਂ ਕਰ ਸਕਣਗੇ? ਇਹ ਤੇ ਕਹਿੰਦੇ ਨੇ ਅੰਬੀਆ ਦੇ ਕੋਲ ਇਲਮੇ ਗੈਬ ਹੁੰਦਾ ਹੀ ਨਹੀਂ। ਉਹਨਾਂ ਨੂੰ ਹਜ਼ਰਤ ਖਿਜ਼ਰ ਅਲੈਹਿਸ ਸਲਾਮ ਨੂੰ ਇਹ ਗੱਲ ਦਾ ਕਿੰਜ ਪਤਾ ਲੱਗਾ ਕਿ ਹਜ਼ਰਤ ਮੂਸਾ ਅਲੈਹਿਸ ਸਲਾਮ ਸਬਰ ਨਹੀਂ ਕਰ ਸਕਣਗੇ? ਕਿਸ ਤਰ੍ਹਾਂ ਪਤਾ ਲੱਗਾ? ਤੇ ਗੱਲ ਕਰਨ ਦਾ ਮਕਸਦ ਇਹ ਵੇ ਕਿ ਜਿਸ ਕੁਰਾਨ ਦੇ ਹਵਾਲੇ ਸਾਨੂੰ ਪੜ੍ਹ ਪੜ੍ਹ ਕੇ ਸੁਣਾਉਂਦੇ ਨੇ ਨਾ, ਉਹ ਅਲਹਮਦੁਲਿਲਾ ਸਾਡੇ ਜਿਹੜੇ ਔਲੀਆ ਅੱਲਾ ਨੇ, ਸਾਡੇ ਜਿਹੜੇ ਉਲਮਾ ਨੇ ਨਾ, ਉਹਨਾਂ ਨੇ ਇਹਨਾਂ ਤੋਂ ਬਿਹਤਰ ਪੜ੍ਹਿਆ ਦਾ ਅਲਹਮਦੁਲਿਲਾ, ਕਿਉਂਕਿ ਉਹਨਾਂ ਨੇ ਆਪਣੇ ਬਾਬੇ ਬਜ਼ੁਰਗਾਂ ਦੇ ਕੋਲੋਂ ਕੁਰਾਨ ਨੂੰ ਬਹਿ ਕੇ ਪੜ੍ਹਿਆ ਦਾ ਵੇ ਪੜ੍ਹਿਆ, ਉਹਨਾਂ ਨੇ ਉਹਨਾਂ ਕੋਲ ਬਹਿ ਕੇ ਪੜ੍ਹਿਆ ਜਿਹੜੇ ਨਬੀ ਦੇ ਆਸ਼ਕ ਨੇ, ਆਸ਼ਕ ਨੇ, ਜਿਨ੍ਹਾਂ ਨੇ ਇਲਮ ਓ ਮਾਰਫਤ ਨੂੰ ਸਮਝਿਆ ਸਮਝਿਆ। ਇਹਨਾਂ ਦੇ ਨਜ਼ਦੀਕ ਤੇ ਇਲਮ ਓ ਮਾਰਫਤ ਹੈ ਹੀ ਕੁਛ ਨਹੀਂ, ਹੈ ਹੀ ਕੁਛ ਨਹੀਂ, ਇਹਨਾਂ ਦੇ ਨਜ਼ਦੀਕ ਤੇ ਇਲਮ ਓ ਮਾਰਫਤ ਕੋਈ ਚੀਜ਼ ਹੀ ਨਹੀਂ, ਕੋਈ ਵਜੂਦ ਹੀ ਨਹੀਂ ਨਾ ਹੈਗਾ। ਹੁਣ ਤੁਸੀਂ ਦੇਖੋ ਕਿ ਅਲਾਮਾ ਜ਼ਾਹਬੀ ਨੇ, ਅਲਾਮਾ ਜ਼ਾਹਬੀ ਰਹਿਮਤੁਲਾਹ ਅਲੈ ਨੇ ਹਜ਼ਰਤ ਬਾਇਜ਼ਦ ਬੁਸਤਾਮੀ ਨੂੰ ਸੁਲਤਾਨੁਲ ਆਰਫੀਨ ਲਿਖਿਆ ਆਪਣੀ ਕਿਤਾਬ ਦੇ ਅੰਦਰ, ਸੀਰੁਲ ਆਮਿਨ ਨੁਬਲਾ ਦੇ ਅੰਦਰ ਉਹਨਾਂ ਨੇ, ਜਿੱਥੇ ਹਜ਼ਰਤ ਬਾਇਜ਼ਦ ਬੁਸਤਾਮੀ ਰਹਿਮਤੁਲਾਹ ਅਲੈ ਦਾ ਤਰਜਮਾ ਲਿਖਿਆ ਵੇ ਨਾ, ਉੱਥੇ ਉਹਨਾਂ ਨੇ ਉਹਨਾਂ ਨੂੰ ਸੁਲਤਾਨੁਲ ਆਰਫੀਨ ਲਿਖਿਆ ਵੇ। ਸੁਲਤਾਨੁਲ ਆਰਫੀਨ ਦਾ ਕੀ ਮਤਲਬ ਹੈ? ਯਾਨੀ ਕਿ ਜਿੰਨੇ ਵੀ ਆਲਮ ਨੇ ਦੁਨੀਆਂ ਦੇ ਉੱਤੇ, ਜਿੰਨੇ ਵੀ ਆਲਮ ਨੇ, ਉਹਨਾਂ ਸਾਰਿਆਂ ਤੋਂ ਵੱਧ ਕੇ ਉਹਨਾਂ ਦੇ ਕੋਲ ਇਲਮ ਸੀ। ਸੁਲਤਾਨ ਨੇ, ਸੁਲਤਾਨ ਜਿਹਨਾਂ ਦੇ ਕੋਲ ਇਲਮ ਹੈ ਨਾ, ਜਿਹਨਾਂ ਕੋਲ ਮਾਰਫਤ ਦਾ ਇਲਮ ਹੈ, ਉਹਨਾਂ ਦਾ ਸੁਲਤਾਨ ਉਹਨਾਂ ਨੂੰ ਕਰਾਰ ਦਿੱਤਾ। ਇਹ ਨਜ਼ਰ ਵਾਲਾ ਬੰਦਾ ਹੀ ਕਰ ਸਕਦਾ ਹੈ ਨਾ। ਦੇਖੋ ਸਾਡਾ ਤੇ ਇਹ ਮਸਲਕ ਅਹਿਲੇ ਸੁਨਤ ਵਾਲ ਜਮਾਤ ਦਾ ਮੰਨਣਾ ਹੈ
ਕਿ ਅਗਰ ਇਹਨਾਂ ਕੋਲ ਕੋਈ ਐਸੀ ਚੀਜ਼ ਵੀ ਇਹ ਤਾਂ ਵੀ ਰੱਬ ਦੀ ਤਾਅ ਕੀਤੀ ਹੈ, ਆਪਣੀ ਨਹੀਂ ਹੈ, ਰੱਬ ਦੀ ਤਾਅ ਕੀਤੀ ਹੈ, ਤੇ ਰੱਬ ਜਿਹਨੂੰ ਜੋ ਚੱਲ ਆਪਣੇ ਖਜ਼ਾਨਿਆਂ ਚੋਂ। ਬਾਜੀ ਦੇ ਬੁਸਤਾਮੀ ਰਹਿਮਤੁੱਲਾ ਅਲੈਹ ਜਿਹੜੇ ਨੇ ਨਾ, ਉਹਨਾਂ ਦਾ ਉਹਨਾਂ ਦੀ ਕਦਰੋ ਕੀਮਤ, ਉਹਨਾਂ ਦੀ ਜਿਹੜੀ ਸ਼ਾਨ ਹੈ ਨਾ, ਉਹ ਤੇ ਅਲਹਮਦੁਲਿਲਾ ਉਹ ਜਿਹੜੇ ਜਿਹੜੇ ਸਾਡੇ ਜਿਹੜੇ ਮੁਖਾਲਫ ਨੇ ਨਾ, ਉਹ ਵੀ ਆਪਣੀ ਕਿਤਾਬਾਂ ਦੇ ਅੰਦਰ ਲਿਖ ਕੇ ਗਏ ਨੇ। ਤੇ ਫਿਰ ਪਿੱਛੇ ਤੇ ਗੱਲ ਹੀ ਕੋਈ ਨੀ ਰਹੀ ਜਾਂਦੀ, ਸੱਚ ਹੈ ਨਾ ਗੱਲ, ਸੱਚ ਹੈ, ਹਕੀਕਤ ਹੈ। ਹਾਂਜੀ, ਤੇ ਫਿਰ ਉਹ ਹਕੀਕਤ ਸੱਚਾਈ ਛੁਪਾ ਨਹੀਂ ਸਕਦੇ, ਤੁਸੀਂ ਇੱਕ ਲਿਮਿਟ ਤੱਕ ਛੁਪ ਦਈਏ, ਫਿਰ ਨਿਕਲ ਕੇ ਆਉਂਦੀ ਤੇ ਦੱਸਦੀ ਆਪਣਾ ਆਪਣਾ ਰੰਗ ਦਿਖਾਉਂਦੀ। ਦੇਖੋ ਜੀ, ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਦਬਾਓਗੇ ਨਾ, ਜਦੋਂ ਵੀ ਤੁਸੀਂ ਹੱਕ ਨੂੰ ਦਬਾਓਗੇ, ਤੇ ਹੱਕ ਉਨੀ ਹੀ ਤੇਜ਼ੀ ਦੇ ਨਾਲ ਬਾਉਂਸ ਕਰਕੇ ਉੱਤੇ ਆਏਗਾ, ਉੱਤੇ ਆਏਗਾ। ਸਾਇੰਸ ਵੀ ਇਹੀ ਕਹਿੰਦੀ ਹੈ ਨਾ, ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜਿੰਨਾ ਜ਼ਿਆਦਾ ਪੁਸ਼ ਕਰੋਗੇ ਨਾ ਜ਼ਮੀਨ ਦੀ ਤਰਫ, ਜਦੋਂ ਉਹਨੂੰ ਛੱਡੋਗੇ ਨਾ, ਤੇ ਉਨੀ ਉਹਦੇ ਨਾਲ ਉਹ ਟ੍ਰਿਪਲ ਸਪੀਡ 'ਚ ਉੱਤੇ ਆਏਗੀ ਉਭਰ ਕੇ। ਤੇ ਮੇਰੀ ਤਰਫ ਕਾਲ ਆ ਰਹੀ ਹੈ ਕਿ ਮੈਂ ਇੱਕ ਮਿੰਟ ਤੁਸੀਂ ਗੁਫ਼ਤਗੂ ਕਰੋ। ਓਕੇ ਓਕੇ। ਹਾਂਜੀ, ਆਪਣਾ ਕੋਸ਼ਿਸ਼ ਆ, ਮੈਂ ਨਾ ਇੱਕ ਆਪਣਾ ਉਹ ਚਲੇ ਗਏ ਨੇ ਕੁਰੇਸ਼ੀ ਸਾਹਿਬ, ਅਜ਼ੀਮ ਭਾਈ ਇੱਥੇ ਹੀ ਉਹ ਮੌਜੂਦ ਆ, ਹਕੀਕਤ ਔਰ ਮਿਜਾਜ਼ ਦੇ ਵਿੱਚ ਨਾ ਦੇਖੋ, ਸੁਮਰ ਸੂਰਾ ਜ਼ੁਮਰ 42 ਨੰਬਰ ਆਇਤ, ਉਹ ਤਰਜਮਾ ਹੈ, ਔਰ ਅੱਲਾਹ ਹੈ, ਅੱਲਾਹ ਹੈ ਜੋ ਜਾਨੋ ਕੋ ਮੌਤ ਦੇਤਾ ਹੈ, ਹਕੀਕਤ ਮੈਂ ਅੱਲਾਹ ਹੀ ਮਾਰਤਾ ਔਰ ਜ਼ਿੰਦਾ ਕਰਤਾ ਹੈ। ਲੇਕਿਨ ਸਜਦਾ 11 'ਚ, ਆਇਤ ਨੰਬਰ 11 'ਚ ਅੱਲਾਹ ਦਾ ਇਜ਼ਾ ਫਰਮਾ ਰਹੇ ਨੇ, ਫਰਮਾ ਦੀਜੀਏ ਕਿ ਤੁਮੇ ਮਲਕੁਲ ਮੌਤ ਵਫਾਤ ਦੇਤਾ ਹੈ। ਹਕੀਕਤ 'ਚ ਇੱਕ ਆਇਤ ਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਮੈਨੂੰ ਤੁਹਾਨੂੰ ਸਮਝਾਉਣ ਵਾਸਤੇ ਕਿ ਹਕੀਕਤ 'ਚ ਅੱਲਾਹ ਤਾਲਾ ਹੀ ਜਿਹੜਾ ਜਾਨਾਂ ਨੂੰ ਮੌਤ ਦਿੰਦਾ ਹੈ, ਸੂਰਿਆ ਜ਼ੁਮਰ। ਲੇਕਿਨ ਦੂਸਰੀ ਜਗ੍ਹਾ ਮਜਾਜ਼ੀ ਤੌਰ ਦੇ ਉੱਤੇ ਜਿਹੜਾ ਅੱਲਾਹ ਤਾਲਾ ਫਰਮਾ ਰਹੇ ਨੇ ਕਿ ਤੁਮੇ ਮਲਕੁਲ ਮੌਤ ਵਫਾਤ ਦਿੱਤਾ ਹੈ, ਇਹ ਹੀ ਸਾਡਾ ਹਕੀਕਤ ਔਰ ਮਿਜਾਜ਼ ਦਾ ਇੱਕ ਕਨਸੈਪਟ ਹੈ, ਸੋਚ ਹੈ, ਸਮਝ ਹੈ, ਜਿਹੜੀ ਕੁਰਾਨੋ ਹਦੀਸ ਤੋਂ ਸਾਨੂੰ ਮਿਲਦੀ ਕਿ ਹਕੀਕੀ ਤੌਰ 'ਤੇ ਸਭ ਕੁਛ ਕਰਨ ਵਾਲੀ ਅੱਲਾਹ ਤਾਲਾ ਦੀ ਜ਼ਾਤ ਹੈ, ਲੇਕਿਨ ਮਜਾਜ਼ੀ ਤੌਰ ਦੇ ਉੱਤੇ ਅੱਲਾਹ ਨੇ ਜਿਹੜਾ ਜਿਸ ਤਰ੍ਹਾਂ ਬਿਲਕੁਲ ਮੌਤ ਹਜ਼ਰਤ ਇਜ਼ਰਾਈਲ ਅਲੈਹਿ ਸਲਾਮ ਜਿਹੜੇ ਨੇ ਉਹ ਮੌਤ ਦਿੰਦੇ ਨੇ, ਰੂਹ ਖਿੱਚਦੇ ਨੇ, ਇਸ ਤਰ੍ਹਾਂ ਹੀ ਅੱਲਾਹ ਨੇ ਅਸਬਾਬ ਬਣਾਏ ਨੇ ਮਾਮਲਾਤ ਨੂੰ ਨਿਭਾਉਣ। ਠੀਕ ਹੈ, ਹਾਂਜੀ ਅਬੂ ਹਸਨ ਭਾਈ ਜੀ, ਮੈਂ ਸਿਰਫ ਇੱਕ ਮੈਸੇਜ ਕਰਨਾ ਜੀ, ਬਸ ਮੈਂ ਇੱਕ ਮਿੰਟ ਸਿਰਫ ਨਾ, ਮੈਨੂੰ ਸਿਰਫ ਇੱਕ ਮਿੰਟ ਦੀ ਜੋ ਕਾਲ ਆ ਰਹੀ ਸੀ ਜੀ। ਜੀ ਕਰੋ ਕਰੋ ਸੌਰੀ ਸਰ। ਹਾਂਜੀ ਮੰਮ ਕਰ ਲਓ, ਖਾ ਲਓ। ਅਬੂ ਹਸਨ ਭਾਈ ਮੇਰਾ ਨੰਬਰ ਹੈ, ਕੀ ਉਹਨੂੰ ਕਹਿੰਦੇ ਨੇ, ਪਰ ਮੈਸੇਜ ਮੈਂ ਕੀਤਾ ਜੇ ਅਗਰ ਆਇਆ ਤੇ। ਨਹੀਂ ਤੁਹਾਡਾ ਤੁਹਾਡਾ ਨੰਬਰ ਮੈਂ ਪਹਿਲਾਂ ਹੀ ਐਡ ਕਰ ਲਿਆ ਦਾ ਵੀ, ਉਂਝ ਤੁਹਾਨੂੰ ਮੈਂ ਆਪਣਾ ਨੰਬਰ ਦਿੱਤਾ ਕਿਉਂਕਿ ਤੁਸੀਂ ਗਰੁੱਪ 'ਚ ਹੈਗੇ ਸੋ ਨਾ, ਅਤੇ ਮੈਂ ਤੁਹਾਨੂੰ ਪਹਿਲਾਂ ਹੀ ਐਡ ਕਰ ਲਿਆ ਸੀ, ਮੈਂ ਤੁਹਾਡਾ ਨੰਬਰ ਨਾ ਜਰਮਨੀ ਦਾ ਮੈਂ ਐਡ ਕਰ ਲਿਆ ਤਾ ਮੈਂ।
ਅੱਛਾ ਅੱਛਾ ਪਹਿਲੇ ਦੀ ਐਡ ਕੀਤਾ ਸੀ ਗਰੁੱਪ ਬਿਰਦਾ ਜੇਲਮੀ ਵਾਲਾ ਹਾਂ ਹਾਂ ਅੱਛਾ ਅੱਛਾ ਠੀਕ 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 ਨਾ ਮਿਰਜ਼ਾ ਜੇਲਮੀ ਦੇ ਉਹ ਜਿਹੜਾ ਚਤਰੋਲ ਵਾਲਾ ਉਸ ਗਰੁੱਪ ਦੇ ਵਿੱਚ ਮੈਂ ਅਸੀਂ ਹਾਂ ਥੋੜ੍ਹੇ ਜਿਹੇ ਪੁਰਾਣੇ ਬੰਦੇ ਐਡੇ ਪੁਰਾਣੇ ਨਹੀਂ ਲੇਕਿਨ ਹੋ ਗਏ ਆ ਉਹ ਐਡੀ ਕੋਈ ਤੇਜ਼ ਮੈਸੇਜ ਆਉਂਦੇ ਨੇ ਸਮਝ ਨਹੀਂ ਆਉਂਦੀ ਸੁਣੀ ਤਾਂ ਹੈ ਨੇ ਲੇਕਿਨ ਜਦੋਂ ਉਹ ਪਤਾ ਇਹ ਹੀ ਹੁੰਦਾ ਕਿ ਚਲੋ ਸ਼ੁਕਰ ਕਿਸੇ ਦੀ ਇੱਕ ਦੀ ਚਤਰੋਲ ਹੀ ਹੁੰਦੀ ਹੋਣੀ ਆ ਅੱਛਾ ਮੈਂ ਜਿਹੜੀ ਗੱਲ ਕਰਦਾ ਸਾਬਿਆਂ ਜਦੋਂ ਮੈਂ ਆਇਆ ਵਾਂ ਬਰਾੜ ਦੇ ਉੱਤੇ ਕਿ ਉਹ ਤੁਸੀਂ ਮੌਜੂਦ ਨਹੀਂ ਸੋ ਦੇ ਮੈਂ ਸੋ ਗਏ ਆ ਸਾਨ ਜੁਮਾ ਪੜ ਗਿਆ ਇੱਥੋਂ ਦੇ ਹਿਸਾਬ ਨਾਲ ਉਹ ਫਿਰ ਜਦੋਂ ਅੱਖ ਖੁੱਲੀ ਹੈ ਉਦੋਂ ਮੈਂ ਵੇਖਿਆ ਕੋਈ ਵੀ ਨਹੀਂ ਆਉਣ ਉਹ ਤੁਹਾਨੂੰ ਪਤਾ ਫਿਰ ਉਹ ਮੈਂ ਵੇਖਿਆ ਕਿ ਹੋਰ ਕੌਣ ਕੌਣ ਬੰਦਾ ਆਉਣ ਹੈ ਉਹਦੇ ਵਿੱਚ ਫਿਰ ਆ ਇਮਾਮ ਸਟੂਡੈਂਟ ਦੀ ਜਿਹੜੀ ਹੈ ਨਾ ਫਿਰ ਆਈ ਉਹ ਤਾਂ ਉਹ ਕਾਸਮ ਬੈਠੇ ਆ ਸੀ ਉਹ ਕਾਸਮ ਰਜ਼ਈ ਅਤੇ ਅੱਲਾ ਮਾਫ਼ ਫਰਮਾਏ ਉਹ ਕੋਈ ਰਾਜਪੂਤ UK ਤੋਂ ਆਉਂਦੇ ਨੇ ਮਤਲਬ ਸਾਡੇ ਕੋਲ ਹੀ ਆ ਕੇ ਬੈਠਦੇ ਨੇ ਇੱਥੇ ਦੇਖੋ ਕਿਸੇ ਦੇ ਮਾਮਲਾਤ ਦੇ ਉੱਤੇ ਨਹੀਂ ਅਸੀਂ ਕਹਿੰਦੇ ਕਿ ਜੀ ਉਸ ਬੰਦੇ ਕੋਲ ਇਲਮ ਹੈ ਜਾਂ ਨਹੀਂ ਹੈ ਲੇਕਿਨ ਅਗਰ ਨਹੀਂ ਇਲਮ ਹੈ ਤੁਸੀਂ ਜਵਾਬ ਨਹੀਂ ਦੇ ਸਕਦੇ ਫਿਰ ਕਈ ਦਫਾ ਆਉਂਦਾ ਠੀਕ ਹੈ ਬੋਲਦਿਆਂ ਬੋਲਦਿਆਂ ਅਲਫਾਜ਼ ਦੀ ਜਿਹੜੀ ਹੈ ਚੁਣਾਓ ਥੋੜ੍ਹਾ ਜਿਹਾ ਗਲਤ ਹੋ ਜਾਏ ਜਾਂ ਅਲਫਾਜ਼ ਦੀ ਅਦਾਇਗੀ ਥੋੜ੍ਹੀ ਜਿਹੀ ਗਲਤ ਹੋ ਜਾਏ ਤੋ ਇਸ ਲਈ ਇਹ ਸਾਰੀਆਂ ਗੱਲਾਂ ਪਹਿਲਾਂ ਸਿੱਖ ਸਿਖਾ ਲਵੋ ਕੁਛ ਪੁਛਾ ਲਵੋ ਕਿ ਇਸ ਤਰ੍ਹਾਂ ਕਰੀਏ ਕਿ ਨਾ ਕਰੀਏ ਉਹ ਉਹਨੂੰ ਤਬਰਾ ਕਰ ਰਿਹਾ ਸੀ ਮਾਜ਼ ਅੱਲਾ ਕੀ ਉਹਨੂੰ ਕਹਿੰਦੇ ਨੇ ਹਜ਼ਰਤ ਮੀਰੇ ਮਾਵੀਆ ਤੋਂ ਦੱਸੋ ਜੀ ਫਿਰ ਉਹ 7.5 ਲੱਖ ਰੁਪਏ ਤੋਂ ਕਿੱਥੋਂ ਇੰਨਾ ਅਮੀਰ ਉਹ ਕਿਸ ਤਰ੍ਹਾਂ ਹੋ ਗਿਆ ਅਸਤਗ਼ਫ਼ੁਰਲਾ ਦੱਸੋ ਇੰਨਾ ਰੁਪਈਆ ਉਹ ਕਿੱਥੋਂ ਆ ਗਿਆ ਦੇਖੋ ਇਹ ਗੱਲਾਂ ਤਾਂ ਉਸੇ ਬੰਦੇ ਕੋਲ ਇਹ ਉਹਨੂੰ ਮਸ਼ਹੂਰ ਕਰਨ ਵਾਲੇ ਅਮਨ ਨਜ਼ੀਰ ਸਨ ਦੋ ਦਫ਼ਾ ਹੁਣ ਨਹੀਂ ਮੇਰੇ ਖਿਆਲ ਜਾਂਦੇ ਕਿਉਂਕਿ ਮੈਂ ਵੱਲਾਹੁ ਆਲਮ ਜੀ ਨੇ ਨਾ ਜਾਂਦੇ ਹੋਣ ਲੇਕਿਨ ਮੈਂ ਲਾਸਟ ਖਬਰ ਦੇ ਬੰਦਾ ਰੱਖਦਾ ਨਾ ਹੁਣ ਕਿਉਂਕਿ ਮੇਰੇ ਕੋਲ ਇੱਕੋ ਹੀ ਮੋਬਾਈਲ ਹੈ ਆਲਾ ਜਿਹੜਾ ਜਿਹਦੇ 'ਚ ਉਹ ਕੀ ਉਹਨੂੰ ਕਹਿੰਦੇ ਨੇ ਮੈਂ ਟਿਕਟੋਕ ਹੈ ਮੇਰੇ ਕੋਲ ਲੇਕਿਨ ਕਿੰਨੀ ਅਫਸੋਸ ਦੀ ਗੱਲ ਹੈ ਕਿ ਤੁਸੀਂ ਉਸ ਤਰ੍ਹਾਂ ਦੇ ਬੰਦਿਆਂ ਦੀ ਬਰਾਡਾਂ ਦੇ ਉੱਤੇ ਜਾ ਕੇ ਬੈਠਦੇ ਰਹੇ ਹੋ ਜਿਹੜੇ ਬੰਦੇ ਡਾਇਰੈਕਟ ਹਜ਼ਰਤ ਮੀਰੇ ਮਾਵੀਆ ਰਜ਼ੀ ਅੱਲਾਹ ਤਾਲਾ ਅਨਹੋ ਦੀ ਜ਼ਾਤ ਨੂੰ ਮਤਲਬ ਕਿ ਨਿਸ਼ਾਨਾ ਬਣਾ ਰਹੇ ਨੇ ਔਰ ਉੱਥੇ ਉਹ ਕਾਸਮ ਰਜ਼ਈ ਬੈਠੇ ਆ ਉਹ ਜਿਹੜਾ ਕਦੀ ਦੇਖੋ ਸੁਫੀਆਨ ਬਈ ਇਹ ਜਿਹੜੇ ਲੋਕ ਨੇ ਨਾ ਇਹ ਮੈਂ ਦਾਅਵੇ ਦੇ ਨਾਲ ਕਹਿੰਦਾ ਵਾ ਮੈਂ ਇਹ ਗੱਲ ਮੁਬਾਰਕਾ ਆਰਾਈ ਕਰਦੇ ਹੋਏ ਗੱਲ ਨਹੀਂ ਕਰਨ ਲੱਗਾ ਮੈਂ ਅਕਸਰ ਉਹਨਾਂ ਬੰਦਿਆਂ ਨੂੰ ਕਹਿੰਦਾ ਵਾ ਕਿ ਜਿਹੜੇ ਬੰਦੇ ਸਾਹਬ ਹੈ ਕਰਾਮ ਦੇ ਉੱਤੇ ਜਿਹੜੇ ਬੰਦੇ ਬੋਲਦੇ ਨੇ ਨਾ ਉਹ ਜਾ ਕੇ ਬੇਲਾ ਸ਼ੱਕ ਉਹ ਸ਼ੁਬਾ ਆਪਣਾ DNA ਚੈੱਕ ਕਰਵਾ ਲੈਣ ਮੈਂ ਗਰੰਟੀ ਦੇ ਨਾਲ ਕਹਿੰਦਾ ਵਾ ਅਗਰ ਇਹਨਾਂ ਚੋਂ ਇੱਕ ਬੰਦਾ ਵੀ ਹਲਾਲੀ ਨਿਕਲ ਆਇਆ ਨਾ ਇੱਕ ਬੰਦਾ ਵੀ ਅਗਰ ਹਲਾਲੀ ਨਿਕਲ ਆਇਆ ਤੇ ਮੈਂ ਟਿਕਟੋਕ ਛੱਡ ਦਿਆਂਗਾ ਮੈਂ ਜਿੰਨੇ ਵੀ ਬੰਦੇ ਨੇ ਮਿੰਨ ਜੁਮਲਾ ਜਿੰਨੇ ਬੰਦੇ ਨੇ ਭਾਵੇਂ ਉਹ ਆਪਣੇ ਆਪ ਨੂੰ ਸੁੰਨੀ ਕਹਿੰਦੇ ਨੇ ਭਾਵੇਂ ਆਪਣੇ ਆਪ ਨੂੰ ਬਾਬੀ ਕਹਿੰਦੇ ਨੇ ਭਾਵੇਂ ਆਪਣੇ ਆਪ ਨੂੰ ਦਿਓਬੰਦੀ ਕਹਿੰਦੇ ਨੇ ਜਿਹੜਾ ਜਿਹੜਾ ਬੰਦਾ ਵੀ ਕਹਿੰਦਾ ਨਾ ਜਿਹੜਾ ਬੰਦਾ ਹਜ਼ਰਤ ਮੀਰ ਮਾਵੀਆ ਤੇ ਸਾਹਬਾ ਇਕਰਾਮ ਤੇ ਜਿੰਨਾ ਜਿੰਨਾ ਦੇ ਉੱਤੇ ਜਿਹੜਾ ਬੰਦਾ ਬੋਲਦਾ ਹੈ ਨਾ ਉਹ ਬੰਦਾ ਜਾ ਕੇ ਆਪਣਾ DNA ਟੈਸਟ ਕਰਾ ਲੇ ਪੈਸੇ ਮੇਰੇ ਕੋਲ ਲੈ ਲੇ ਪੈਸੇ ਮੈਂ ਦਿਆਂਗਾ DNA ਟੈਸਟ ਕਰਾ ਲੇ ਅਗਰ ਉਹ ਬੰਦੇ ਹਲਾਲੀ ਨਿਕਲਣ ਮੈਂ ਟਿਕਟੋਕ ਚਲਾਉਣੀ ਛੱਡ ਦਿਆਂਗਾ ਮੈਂ ਬਿਲਕੁਲ ਛੱਡ ਦਿਆਂਗਾ ਮੈਂ ਇਹ ਜਨਾਬ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਦੇਖੋ ਕਿ ਸਾਡੇ ਜਿਹੜੇ ਨੇ ਨਾ ਆਇਮਾ ਮੁਹੱਦਸੀਨ ਉਹਨਾਂ ਨੇ ਨਿਚੋੜ ਕੱਢ ਦਿੱਤਾ ਦਾ ਵੇ ਨਿਚੋੜ ਕੱਢ ਦਿੱਤਾ ਦਾ ਉਹਨਾਂ ਨੇ
ਕਿ ਕਾਇਨਾਤ ਦੀ ਇਹ ਬਦਤਰੀਨ ਮਖਲੂਕ ਹੈਗੇ ਨੇ। ਹਜ਼ਰਤ ਸ਼ੇਖ ਅਬਦੁਲ ਕਾਦਰ ਜਲਾਨੀ ਰਹਿਮਤੁਲਾ ਅਲੈਹ ਫਰਮਾਉਂਦੇ ਨੇ ਕਿ ਜਿਹੜੇ ਰਾਫਜ਼ੀ ਨੇ ਨਾ, ਜਿਹੜੇ ਸਾਹਬਾਂ ਤੇ ਤਬਰਾ ਕਰਦੇ ਨੇ, ਇਹ ਕਾਇਨਾਤ ਦੀ ਬਦਤਰੀਨ ਮਖਲੂਕ ਹੈਗੇ ਨੇ। ਕਾਇਨਾਤ ਦੀ ਬਦਤਰੀਨ ਮਖਲੂਕ, ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜਿਹੜਾ ਕਾਇਨਾਤ ਦੀ ਬਦਤਰੀਨ ਮਖਲੂਕ ਹੋਏਗਾ ਉਹ ਬੰਦਾ ਹਲਾਲ ਜ਼ਾਦਾ ਹੋ ਸਕਦਾ? ਉਹ ਕਦੀ ਵੀ ਹਲਾਲ ਜ਼ਾਦਾ ਨਹੀਂ ਹੋ ਸਕਦਾ। ਉਹ ਵਲੀ ਅੱਲਾ ਦੇ ਮੂੰਹ ਤੋਂ ਗੱਲ ਨਿਕਲੀ ਦੀ ਏ। ਇਸ ਇੱਕ ਉਹ ਵਲੀ ਅੱਲਾ ਨੇ ਜਿਹਨਾਂ ਨੂੰ ਪੂਰੀ ਹਰ ਮਸਲਕ ਉਹਨਾਂ ਨੂੰ ਵਲੀ ਅੱਲਾ ਮੰਨਦਾ, ਚਾਹੇ ਉਹਨਾਂ ਦਾ ਤਲਕ ਅਹਿਲੇ ਹਦੀਸਾਂ ਤੋਂ ਏ, ਚਾਹੇ ਉਹਨਾਂ ਦਾ ਤਲਕ ਉਲਮਾ ਦਿਓਬੰਦ ਤੋਂ ਏ, ਜਾਂ ਜਿਹੜੇ ਜਿਹੜੇ ਵੀ ਮਸਲਕ ਦੇ ਨਾਲ ਤਾਲੁਕ ਏ ਨਾ, ਉਹਨਾਂ ਨੂੰ ਅੱਲਾ ਦਾ ਵਲੀ ਮੰਨਦੇ ਨੇ। ਉਹਨਾਂ ਦੀ ਜ਼ੁਬਾਨ ਤੋਂ ਗੱਲ ਨਿਕਲੀ ਏ ਕਿ ਜਿਹੜੇ ਰਾਫਜ਼ੀ ਨੇ, ਜਿਹੜੇ ਸਾਹਬਾਂ ਤੇ ਤਬਰਾ ਕਰਦੇ ਨੇ, ਉਹ ਮਹਾਦਲ ਮੁਮਿਨੀਨ ਤੇ ਤਬਰਾ ਕਰਦੇ ਨੇ, ਉਹਨਾਂ ਦੀਆਂ ਗਲਤੀਆਂ, ਖਾਮੀਆਂ, ਕਮੀਆਂ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਹ ਦੁਨੀਆ ਦੀ ਕਾਇਨਾਤ ਦੀ ਬਦਤਰੀਨ ਮਖਲੂਕ ਹੈਗੇ ਨੇ। ਤੇ ਬਦਤਰੀਨ ਜਿਹੜੀ ਮਖਲੂਕ ਹੈ ਉਹ ਕਦੀ ਵੀ ਹਲਾਲ ਨਹੀਂ, ਹਲਾਲ ਜ਼ਿਆਦਾ ਨਹੀਂ ਹੋ ਸਕਦਾ। ਉਹ ਲਾਜ਼ਮਨ ਜਿਹੜਾ ਵੇ ਨਾ, ਉਹ ਸਮਝੋ ਕਿ ਉਹ ਨੁਤਫਾ ਹਰਾਨ ਦਾ ਨੁਤਫਾ ਹੈਗਾ ਵੇ। ਤੇ ਇਹ ਕਰਨ, ਇਹਨਾਂ ਦਾ ਜੋ ਦਿਲ ਇਹਨਾਂ ਦਾ ਕਰਦਾ ਹੈ ਨਾ, ਜੋ ਇਹਨਾਂ ਦਾ ਦਿਲ ਕਰਦਾ ਹੈ, ਜੋ ਇਹਨਾਂ ਦੀ ਮਰਜ਼ੀ ਚ ਆਉਂਦਾ, ਉਹ ਕਰਨ, ਕੋਈ ਗੱਲ ਨਹੀਂ। ਆਪਣੇ ਰੂਹ ਨੂੰ ਤਸਕੀਨ ਦਿੰਦੇ ਨੇ ਨਾ ਬੇ, ਕੋਈ ਗੱਲ ਨਹੀਂ ਹੈ। ਇਹ ਤੇ ਸਾਰੇ, ਮੇਰੀ ਗੱਲ ਸੁਣੋ, ਇਹ ਸਾਰੇ ਨਖੇੜੇ ਸਿਰਫ ਇਹ ਅੱਖ ਬੰਦ ਹੋਣ ਦੀ ਦੇਰ ਹੈ ਨਾ, ਇਹ ਸਾਰੇ ਨਖੇੜੇ ਹੋ ਜਾਣੇ ਨੇ, ਲੱਗ ਪਤੇ ਜਾਣੇ ਨੇ। ਐਸੀ ਦੁਨੀਆਂ ਦੇ ਉੱਤੇ ਵੀ ਲੱਗ ਜਾਣਾ ਪਤਾ ਅੱਲਾ ਦੇ ਬੰਦੇ ਹੋ। ਤਾਂ ਇਨਸਾਨ ਨੂੰ ਵੇਖੋ, ਜਿਹੜਾ ਬੰਦਾ ਝੂਠਾ ਹੁੰਦਾ, ਅੱਲਾ ਦੀ ਤਰਫ ਝੂਠ ਮਨਸੂਬ ਕਰਦਾ, ਅੱਲਾ ਦੇ ਨਬੀ ਸਸਲ ਦੀ ਤਰਫ ਝੂਠ ਮਨਸੂਬ ਕਰਦਾ। ਔਰ ਹੁਣ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਆਇਤ ਪੜ੍ਹਿਆ ਸਾਂ, ਉਹਦੇ 'ਚ ਅੱਲਾ ਦਾ ਇਜ਼ਾਫ ਮੰਨਦੇ ਨੇ, ਜੋ ਦੀਨ ਮੇਂ ਤਨਜ਼ਨੀ ਕਰਤੇ ਹੈ ਤੋ ਇਨ ਕੁਫਰ ਕੇ ਪੇਸ਼ਵਾਓ ਸੇ ਮਫਹੂਮ ਹੈ। ਮੈਂ ਹੁਣ ਵੀ ਆਇਤ ਜਿਹੜਾ ਦੀਨ ਮੇਂ ਤਨਜ਼ਨੀ ਕਰਨੇ ਵਾਲਾ ਪਰ ਕੀ ਹੁਕਮ ਲੱਗਦਾ ਹੈ, ਹੁਣ ਜ਼ਰਾ ਉਹ ਹੋਇਆ ਬਟਨ ਪਤਾ ਨਹੀਂ ਕਿਹੜਾ ਦੱਬ ਗਿਆ ਤੇ ਆਪਣਾ ਟਿਕਟੋਕ ਦੀ ਬਾਅਦ 'ਚ ਕਹਿੰਦੇ ਪਏ ਉਹਨਾਂ ਮੇਰੇ ਹਰ ਉਹ ਆ ਗਿਆ, ਉਹ ਜਿਹੜਾ ਸ਼ਿਕਾਇਤ ਕਰਨ ਵਾਲਾ ਜਿਹੜਾ ਨਾ ਉਹ ਖੁੱਲ੍ਹ ਗਈ ਸੀ। ਜੀ ਜੀ, ਅੱਛਾ ਮੈਂ ਇੱਕ ਮਿੰਟ ਇੱਕ ਉੱਪਰ ਲੰਘੀ ਸੀ, ਕੋਈ ਆਪਣੇ ਤਰਫੋਂ ਗੱਲ ਕਰੀਏ। ਅੱਛਾ, ਅੱਜ ਅਸਲ 'ਚ ਅੱਜ ਅਸੀਂ ਹੋ ਗਏ ਜ਼ਿਆਦਾ ਲੇਟ ਥੋੜ੍ਹਾ ਜਿਹਾ ਨਾ, ਮੇਰੇ ਅਸਲ 'ਚ ਨਾ ਲਾਈਟ ਦਾ ਇਸ਼ੂ ਰਿਹਾ ਇੱਧਰ, ਇੱਧਰ ਤਕਰੀਬਨ ਨਾ ਕੋਈ ਤਕਰੀਬਨ ਕੋਈ 2-2.5 ਘੰਟੇ ਬਾਅਦ ਜਾ ਕੇ ਨਾ ਤਾਂ ਲਾਈਟ ਆਈ ਗਈ। ਉਸ ਵਜ੍ਹਾ ਦੇ ਨਾਲ ਨਾ ਮੈਂ ਥੋੜ੍ਹਾ ਜਿਹਾ ਅੱਜ ਤਾਖੀਰ ਦੇ ਨਾਲ ਮੈਂ ਆਇਆ ਵਾਂ, ਅਤੇ ਉਹ ਮਿਰਜ਼ਈ ਅੱਜ ਜਿਹੜਾ ਨਾ ਕੋਈ ਨਹੀਂ ਆਇਆ ਅੱਜ। ਹਾਲਾਂ ਵਿੱਚ 2-3 ਮਿਰਜ਼ਈ ਔਨਲਾਈਨ ਬੈਠੇ ਦੇ ਨੇ, 2-3 ਮਿਰਜ਼ਈ ਜਿਹੜੇ ਨੇ ਨਾ ਉਹ ਲਾਈਵ ਬੈਠੇ ਦੇ ਨੇ, ਮੈਂ ਉਹਨਾਂ ਨੂੰ ਸ਼ੇਅਰ ਵੀ ਕੀਤਾ। ਲੇਕਿਨ ਯਾਰ ਸਮਝ ਤੋਂ ਬਾਹਰ ਏ, ਸਮਝ ਤੋਂ ਬਾਹਰ ਏ ਕਿ ਯਾਰ ਇਹ ਮਰਦਈ ਜਿਹੜੇ ਨੇ ਇਹ ਲੋਕ, ਯਾਨੀ ਕਿ ਕੀ ਯਾਰ ਇਹਨਾਂ ਲੋਕਾਂ ਦੀ ਸਮਝੋ ਕਿ ਇਹਨਾਂ ਦੀ ਔਕਾਤ ਹੈ ਵਿਚਾਰਿਆਂ ਦੀ, ਕਿ ਯਾਰ ਇਹਨਾਂ ਨੂੰ ਤੇ ਜਿਹੜੇ ਨਿਊ ਕਮਰ ਨੇ ਨਾ, ਜਿਹੜੇ ਨਵੇਂ ਨਵੇਂ ਮਰਦਈ ਜਿਹੜੇ ਹੁੰਦੇ ਨੇ, ਇਹਨਾਂ ਨੂੰ ਤੇ ਉਹ ਚੰਗੇ ਨੇ, ਉਹ ਕਮ ਅਜ਼ ਕਮ ਆ ਕੇ ਵਿਚਾਰੇ ਆ ਕੇ ਚ ਝੂਠਾ ਸੱਚਾ ਜੀਣ ਦਾ ਵੀ ਦਿਫਾ ਹੁੰਦੇ ਆ, ਉਹ ਦਿਫਾ ਕਰਦੇ ਤੇ ਹੈ ਨੇ ਨਾ। ਲੇਕਿਨ ਇਹ ਜਿਹੜੇ ਬੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਜਨਾਬ ਮੇਰੇ ਇੱਕ ਇੱਕ ਸ਼ਗਿਰਦ ਨੇ ਪੂਰੇ ਪੂਰੇ ਜਨਾਬ ਇਲਾਕੇ ਨੂੰ ਵਕਤ ਪਾਇਆ ਜਾਵੇ, ਯਾਰ ਉਹ ਮੈਂ ਕਹਿੰਦਾ ਕੋਈ ਗੂਗਲ ਮੈਪ ਤੇ ਮੈਨੂੰ ਉਹ ਇਲਾਕੇ ਦਾ ਕੋਈ ਮੈਨੂੰ ਦੱਸੋ ਤੇ ਸਹੀ, ਉਹ ਇਲਾਕਾ ਦੁਨੀਆਂ ਦੇ ਕਿਹੜੇ ਖਿੱਤੇ ਦੇ ਵਿੱਚ ਇਲਾਕਾ ਜਿਹੜਾ ਵੇ। ਨਹੀਂ, ਬਦਤਮੀਜ਼ੀ ਦੇ ਵਿੱਚ ਅਸੀਂ ਇਹਨਾਂ ਕੋਲੋਂ ਬਹੁਤ ਜ਼ਿਆਦਾ, ਅਸੀਂ ਇਹਨਾਂ ਤੋਂ ਬਦਤਮੀਜ਼ੀ ਇਹਨਾਂ ਤੋਂ ਅੱਗੇ ਕਰ ਸਕਦੇ ਹਾਂ। ਲੇਕਿਨ ਮਸਲਾ ਹੈ ਵੀ ਕਿ ਜਦੋਂ ਸਾਡੇ ਕੋਲ ਦਲਾਇਲ ਮੌਜੂਦ ਨੇ ਤੇ ਫਿਰ ਸਾਨੂੰ ਬਦਤਮੀਜ਼ੀ ਕਰਨ ਦੀ ਲੋੜ ਹੀ ਨਹੀਂ।
ਜਿਸ ਬੰਦੇ ਦੇ ਕੋਲ ਦਲਾਇਲ ਐ ਉਹਨਾਂ ਸਾਡੇ ਮੇਰੀ ਤੇ ਜਦੋਂ ਫੈਜ਼ਾਨ ਭੱਟ ਸਾਹਿਬ ਦੀ ਡਿਬੇਟ ਹੋਈ ਏ ਐ ਮੁਜਰਿਮ ਉਲਮਾ ਤੇ ਆਪਣਾ ਐ ਸੀ ਨਾਲ ਖਲੀਫਾ ਵਕਤ ਸੀ ਫਿਰ ਉਹਦੇ ਬਾਅਦ ਇਹਨਾਂ ਦਾ ਇੱਕ ਇਹ ਅੱਜ ਤੋਂ ਤਕਰੀਬਨ ਕੋਈ ਮੇਰੇ ਖਿਆਲ ਨਾਲ ਸ਼ਾਇਦ ਦੋ ਢਾਈ ਮਹੀਨੇ ਪਹਿਲਾਂ ਦੀ ਗੱਲ ਹੋਣੀ, ਦੋ ਮਹੀਨੇ ਹੋਏ ਹੋਣਗੇ ਜ਼ਿਆਦਾ ਤੋਂ ਜ਼ਿਆਦਾ ਅਗਰ ਹੋਏ ਹੋਣ ਇਸ ਗੱਲ ਨੂੰ, ਦੋ ਮਹੀਨੇ ਹੋਏ ਹੋਣਗੇ। ਦੇਖੋ ਤੁਸੀਂ ਗੱਲ ਪੂਰੀ ਕਰੋ ਫਿਰ ਉਦੋਂ ਬਾਅਦ ਗੱਲ ਕਰਨੀ, ਤੁਸੀਂ ਗੱਲ ਪੂਰੀ ਕਰੋ। ਅੱਛਾ, ਉਹ ਸਾਡੀ ਤਕਰੀਬਨ ਨਾ ਕੋਈ ਦੋ ਢਾਈ ਘੰਟੇ ਸਾਡੀ ਡਿਬੇਟ ਹੋਈ, ਉਹ ਦੋ ਢਾਈ ਘੰਟੇ ਦੀ ਡਿਬੇਟ ਦੇ ਅੰਦਰ ਇਹਨਾਂ ਦੀ ਉਹ ਕੁੱਤੇ ਵਾਲੀ ਅਸੀਂ ਕੀਤੀ, ਉਹ ਕੁੱਤੇ ਵਾਲੀ ਕੀਤੀ ਕਿ ਇਹਨਾਂ ਦੀ ਆਪਣੀ ਜਿਹੜੀ ਸੱਕੀ ਇਹਨਾਂ ਦੀ ਭੈਣ ਏ ਟੀਆ ਜਿਹੜੀ ਜਿਹੜੀ ਮਾਈ ਸਿਸਟਰ ਦੀ ਆਈਡੀ ਤੋਂ ਜਿਹੜੀ ਆਉਂਦੀ ਏ ਉਹਨੇ ਉਹਦੇ ਬਾਅਦ ਮੈਂ ਵੀ ਉਸ ਬਰਾੜ ਦੇ ਉੱਤੇ ਗਿਆ ਵਾਂ, ਲੇਕਿਨ ਜਦੋਂ ਤੁਸੀਂ ਗੱਲ ਕਰੋ ਜ਼ਰਾ। ਅੱਛਾ, ਉਹਨੇ ਬਾਅਦ ਦੇ ਵਿੱਚੋਂ ਜਦੋਂ ਇਹ ਸਾਰੇ ਨਸ ਵੱਜ ਗਏ ਨੇ ਨਾ ਆਪਣੀ ਭੈਣ ਨੂੰ ਛੱਡ ਕੇ ਉੱਥੇ, ਇਹ ਸਾਰੇ ਜਨਾਬ ਉੱਥੋਂ ਨੱਸ ਗਏ ਨਾ, ਇਹ ਖਲੀਫਾ ਵਕਤ ਵੀ ਦੌੜ ਗਿਆ, ਇਹ ਮੁਜਰਿਮ ਉਲਮਾ ਵੀ ਦੌੜ ਗਿਆ, ਇਹ ਚੌਧਰੀ ਤਈਬ ਵੀ ਨੱਸ ਗਿਆ, ਉਹਦੇ ਬਾਅਦ ਇੱਕ ਹੁਸੈਨੀ ਦੀ ਆਈ ਡੀ ਤੋਂ ਇੱਕ ਇਹਨਾਂ ਨੇ ਛੋਟਾ ਰਸ਼ੀਅਨ ਕੁੱਤਾ ਰੱਖਿਆ ਦਾਵੇ ਉਹ ਵੀ ਦੌੜ ਗਿਆ, ਇੱਕ ਇਹਨਾਂ ਨੇ ਉਹ ਵੱਡਾ ਬੁਲੀ ਡਾਗ ਰੱਖਿਆ ਦਾ ਉਹ ਕਾਸ਼ਫ ਨਈਅਰ ਜਿਹੜਾ, ਉਹ ਜਿਹੜਾ ਸ਼ੇਖ ਕਾਸ਼ਫ ਨਈਅਰ ਨਈਅਰ ਕਾਸ਼ਫ ਦੀ ਆਈ ਡੀ ਤੋਂ ਜਿਹੜਾ ਆਉਂਦਾ ਉਹ ਵੀ ਦੌੜ ਗਿਆ, ਸਾਰੇ ਦੌੜ ਗਏ। ਉਹ ਜਨਾਬ ਬੜਾ ਵੱਡਾ ਆਲਮੇ ਦੀਨ ਜੇ ਕਹਿੰਦੇ ਹਨ, ਇਹਦਾ ਅਸੀਂ ਮੁਨਾਜ਼ਰਾ ਕਰਾਉਣਾ ਮੁਫਤੀ ਮੁਬਸ਼ਰ ਸ਼ਾਹ ਸਾਹਿਬ ਦੇ ਨਾਲ। ਅੱਛਾ, ਤੇ ਅੱਲਾਹ ਪਾਕ ਦੀ ਕਸਮੇ ਉੱਥੇ ਆਪਣੀ ਤੰਬੀ ਤੇ ਆਪਣੀ ਸ਼ਲਵਾਰ ਆਪਣੀ ਜੁੱਤੀ ਸਾਰਾ ਕੁਝ ਉੱਥੇ ਛੱਡ ਕੇ ਉੱਥੇ ਦੌੜ ਗਿਆ ਸੀ ਉੱਥੇ। ਉਹ ਕਹਿੰਦਾ ਮੈਂ ਜਨਾਬ ਇਸ ਟਾਈਮ ਮਸਰੂਫ ਹਾਂ ਤੇ ਮੈਂ ਫਿਰ ਕਦੀ ਇਨਸ਼ਾਅੱਲਾ ਤਾਲਾ ਮੈਂ ਆਵਾਂਗਾ ਤੇ ਫਿਰ ਤੁਹਾਨੂੰ ਮੈਂ ਤਾਂ ਜਵਾਬ ਦੇਵਾਂਗਾ। ਉਹ ਦੇਵਾਂਗਾ ਜਿਹੜਾ ਵੇ ਨਾ ਅੱਜ ਦੋ ਮਹੀਨੇ ਹੋ ਗਏ ਨਾ ਦੇਵਾਂਗਾ ਜਿਹੜਾ ਨਾ ਆਇਆ ਨੀ ਦੁਬਾਰਾ ਆਇਆ ਦੇਵਾਂਗਾ। ਉਹਦੇ ਬਾਅਦ ਜਨਾਬ ਆ ਗਿਆ ਉਹ ਛੋਟਾ ਰਸ਼ੀਨ ਕੁੱਤਾ ਜਿਹੜਾ ਰੱਖਿਆ ਤਾ, ਉਹ ਜਿਹੜਾ ਵੇ ਹੁਸੈਨੀ ਅਲ ਹੁਸੈਨੀ ਦੇ ਨਾਂ ਤੋਂ ਜਿਹਨੇ ਆਈਡੀ ਬਣਾਈ ਦੀ ਹੈ ਨਾ ਉਹਦਾ ਨਾਂ ਗਾਲਿਬਨ ਜਿਹੜਾ ਪਹਿਲਾਂ ਜਦੋਂ ਸ਼ੁਰੂ ਸ਼ੁਰੂ ਤੋਂ ਬਰਾਡਾਂ ਸ਼ੁਰੂ ਹੋਈਆਂ ਨੇ ਤੂੰ ਆਪਣੇ ਆਪ ਨੂੰ ਨਿਊਟਰਲ ਬੜਾ ਪੇਸ਼ ਕਰਦਾ ਸੀ, ਕੌਣ ਉਹ ਤੁਸੀਂ ਗੱਲ ਨਹੀਂ ਕਰਦੇ ਪਏ, ਉਹ ਹੋ ਰਿਹਾ ਸੁਨੈਨ ਸੀ ਮੁੰਡਾ ਜਾਂ ਹੁਸੈਨ ਸੀ? ਨਹੀਂ ਮੈਂ ਤੁਹਾਨੂੰ ਤਾਜ਼ਾ ਵਾਕਿਆ ਤੁਹਾਨੂੰ ਮੈਂ ਤਾਜ਼ਾ ਵਾਕਿਆ ਸੁਣਾਉਣਾ ਪਿਆ ਭਾਈ ਨਾ ਇਹ ਨਾ ਨਹੀਂ ਸੁਣ ਲਓ ਮੇਰੀ ਗੱਲ ਜੀ ਜੀ ਇੱਕ ਮਿੰਟ ਮੇਰੀ ਗੱਲ ਸੁਣ ਲਓ। ਉਹ ਨਹੀਂ ਨਹੀਂ ਉਹਦੀ ਗੱਲ ਨਹੀਂ ਮੈਂ ਕਰਦਾ ਪਿਆ, ਉਹਦੀ ਨਹੀਂ ਕਰਦਾ ਪਿਆ ਗੱਲ। ਉਹਦੀ ਬਾਅਦ ਚੋਂ ਅਗਲੇ ਦਿਨ ਨਾ ਉਹਦੀ ਬਰਾੜ ਦੇ ਉੱਤੇ ਵੀ ਮੈਨੂੰ ਇਹਨੇ ਚੁੱਕ ਲਿਆ ਨੇ ਹਸਨ ਕਾਜ਼ਮੀ ਨੇ ਚੁੱਕ ਲਿਆ ਨਾ ਤੇ ਬੜਾ ਮਿੱਠਾ ਬਣ ਗਿਆ ਨਾ ਤੇ ਉਹ ਫਿਰ ਇੱਕ ਰਵਾਇਤ ਦੇ ਬਾਰੇ ਮੈਨੂੰ ਪੁੱਛਦਾ ਯਾਰ ਤੁਹਾਡੇ ਅਬਦਾਲ ਕਿ ਤੂੰ ਸਾਬਤ ਨੇ, ਮੈਂ ਫਿਰ ਜਦੋਂ ਰਵਾਇਤ ਪੇਸ਼ ਕੀਤੀ ਨਾ ਤੇ ਫਿਰ ਆਪ ਹੀ ਸਰਚ ਕਰਕੇ ਨਾ ਕਹਿੰਦਾ ਆਹੋ ਯਾਰ ਇਹ ਰਵਾਇਤ ਮੌਜੂਦ ਹੈ। ਕਿਹੜੀ? ਮੈਂ ਕਿਹਾ ਇਨਸ਼ਾਅੱਲਾ ਤਾਲਾ ਇਹ ਜਿਹੜੀ ਇੱਕ ਰਵਾਇਤ ਹੈਗੀ ਹੈ ਨਾ ਕਿ ਹਰ ਵਕਤ ਸ਼ਾਮ ਦੇ ਅੰਦਰ ਜਿਹੜੇ ਨੇ ਉਹ 40 ਅਬਦਾਲ ਜਿਹੜੇ ਨੇ ਉਹ ਮੌਜੂਦ ਰਹਿਣਗੇ ਕਿਆਮਤ ਤੱਕ, ਉਹਨਾਂ ਚੋਂ ਇੱਕ ਚਲਾ ਜਾਏਗਾ। ਕਿਹੜੀ ਅਬਦਾਲ? ਇਹ ਬੜੀਆਂ ਕਿਤਾਬਾਂ ਦੇ ਅੰਦਰ ਵੀ ਇਹ ਸੁਨਨ ਦਾਰਮੀ ਦੇ ਅੰਦਰ ਹੈ ਔਰ ਦੀਗਰ ਵੀ ਮੁਸੰਨਫ ਇਬਨ ਅਬੀ ਸ਼ੇਬਾ ਦੇ ਅੰਦਰ ਹੈ, ਮੁਸਨਦ ਅਹਿਮਦ ਦੇ ਅੰਦਰ ਹੈ, ਬਹੁਤ ਸਾਰੀਆਂ ਕਿਤਾਬਾਂ ਦੇ ਅੰਦਰ ਆ ਤੇ ਹਜ਼ਰਤ ਅਲੀ ਇਹਦੇ ਰਾਵੀ ਹੈਗੇ ਨੇ। ਹਜ਼ਰਤ ਅਲੀ ਕਰਮੁੱਲਾ ਵਜਹੁਲ ਕਰੀਮ ਜੋ ਹੈ ਨਾ ਉਹਨੇ ਉਹ ਇਹਦੇ ਰਾਵੀ ਨੇ ਇਸ ਰਵਾਇਤ ਦੇ। ਦੇਖੋ ਨਾ ਕੁਝ ਚੀਜ਼ਾਂ ਨਾ ਉਹ ਫਿਰ ਅੱਛਾ ਸਰ ਠੀਕ ਠੀਕ ਜਦੋਂ ਫਿਰ ਉਹਨੇ ਜਦੋਂ ਆਪ ਹੀ ਉਹਨੇ ਸਰਚ ਕੀਤਾ ਨਾ ਤੇ ਸਰਚ ਕਰਕੇ ਤੇ ਕਹਿੰਦਾ ਉਹ ਯਾਰ ਇਹ ਰਵਾਇਤ ਤੇ ਸਹੀ ਸਨਦ ਦੇ ਨਾਲ ਮੌਜੂਦ ਹੈਗੀ। ਮੈਂ ਕਿਹਾ ਅੱਲਾ ਦੀ ਮਿਹਰਬਾਨੀ ਦੇ ਨਾਲ ਅਸੀਂ ਸਾਈਆਂ ਵਾਲੇ ਹਾਂ, ਬਗੈਰ ਸਾਈਆਂ ਵਾਲੇ ਨਹੀਂ ਅਸੀਂ ਹੈਗੇ ਅਲਹਮਦੁਲਿਲਾ। ਜਿਹੜੇ ਸਾਈਆਂ ਵਾਲੇ ਹੁੰਦੇ ਨੇ ਨਾ ਉਹਨਾਂ ਦੇ ਕੋਲ ਅਲਹਮਦੁਲਿਲਾ ਸਾਰਾ ਕੁਝ ਉਹਨਾਂ ਕੋਲ ਹੁੰਦਾ, ਹਰ ਸ਼ੈ ਉਹਨਾਂ ਦੇ ਕੋਲ ਮੌਜੂਦ ਹੁੰਦੀ ਹੈ ਜੀ ਜੀ। ਇਹ ਜਨਾਬ ਇਹ ਸਾਰੇ ਜਨਾਬ ਉੱਥੋਂ ਚੌਧਰੀ ਤਈਬ, ਇਹ ਕਾਸ਼ਫ ਨਈਅਰ ਸ਼ੇਖ ਕਾਸ਼ਫ ਨਈਅਰ, ਇਹ ਹੁਸੈਨੀ, ਇਹ ਜਨਾਬ ਸਾਰੇ ਉੱਥੋਂ ਆਪਣੀ ਤੰਬੀਆਂ ਸ਼ਲਵਾਰਾਂ ਸੁੱਟ ਕੇ ਨਾ ਉੱਥੇ ਆਪਣੀ ਭੈਣ ਦੇ ਸਾਹਮਣੇ
ਉੱਥੋਂ ਦੌੜ ਕੇ ਜਨਾਬ ਇੱਕ ਇੱਕ ਕਰਕੇ ਮੁੜ ਕੇ ਉੱਥੇ ਰਹਿ ਗਿਆ ਮੈਂ, ਫੈਜ਼ਾਨ ਭੱਟ ਅਤੇ ਸੱਯਦ ਸੂਫੀ ਬਾਈ ਰਹਿ ਗਏ ਉੱਥੇ ਨਾ। ਉਹਨੂੰ ਫਿਰ ਅਸੀਂ ਪੁੱਛਿਆ ਕਿ ਹਾਂ ਵੀ ਸੁਣਾ ਕਿ ਭਰਾ ਤੇ ਸਾਰੇ ਦੌੜ ਗਏ ਨੇ। ਕਹਿੰਦੀ ਅੱਜ ਇਹਨਾਂ ਨੇ ਮੈਨੂੰ ਸਹੀ, ਇਹਨਾਂ ਨੇ ਮੈਨੂੰ ਸ਼ਰਮਿੰਦਾ, ਇਹਨਾਂ ਨੇ ਮੈਨੂੰ ਕਰਵਾਇਆ ਇਹਨਾਂ ਨੇ। ਅੱਲਾ ਦੀ ਕਸਮ ਉਹਦੇ ਅਲਫਾਜ਼ ਹੈਗੇ ਮਾਈ ਸਿਸਟਰ ਦੀ ਆਈਡੀ ਤੋਂ ਕੌਣ ਨੇ ਉਹ, ਕਿਉਂਕਿ ਮੈਂ ਵੀ ਇੱਕ ਦਫਾ ਗਏ ਆ ਫਿਰ ਪਰਤ ਕੇ। ਉਹ ਜਿਹੜਾ ਯੂਕੇ ਤੋਂ, ਉਹ ਯੂਕੇ ਤੋਂ ਆਉਂਦੀ ਹੈ ਭੈਣ, ਉਹ ਜਿਹੜਾ ਹੈ ਨਾ ਯੂਕੇ ਤੋਂ ਜਾਂ ਕਿਸੇ ਅਬਰਾਡ ਕਿਸੇ ਕੰਟਰੀ ਤੋਂ ਆਉਂਦੀ ਹੈ ਉਹ। ਤੇ ਉਹ ਨਾ ਮਿਰਜ਼ਾ ਜੂਨੀਅਰ ਜੇਲਮੀ ਦੀ ਜਿਹੜੀ ਹੈ ਨਾ ਉਹ ਖਾਸਮ ਖਾਸ ਉਹ ਸਟੂਡੈਂਟ ਹੈਗੀ। ਹਾਂ ਹਾਂ, ਤੇ ਉਹ ਇਹ ਸਾਰੇ ਉਹਦੇ, ਇਹ ਸਾਰੇ ਉੱਥੇ ਐਡਮਿਨ ਨੇ, ਸਾਰੇ ਜਿੰਨੇ ਵੀ ਮਰਦਈ ਨੇ ਨਾ। ਉਮੇ ਰਬਾਬ ਕੀ ਆਈ ਡੀ ਪਰ ਪਹਿਲੇ ਬੈਠਾ ਹੋਤਾ ਥਾ ਹੁਸੈਨ, ਪਤਾ ਨੀ ਅਜ਼ੀਮ ਬਈ ਤੁਸੀਂ ਉੱਤੇ ਆਏ ਜੋ, ਮੈਨੂੰ ਨੀ ਸਮਝ ਆਈ ਕਿਹਦੇ ਗੱਲ ਕਰ ਰਹੇ ਸੀ। ਅੱਛਾ, ਉਹਨੀ ਉਹ ਹਸਨੈਨ ਦੀ ਨਹੀਂ ਗੱਲ ਹੋ ਰਹੀ ਹੋ ਮੀਆਂ ਸਾਹਿਬ, ਉਹ ਗੱਲ ਕਿਸੇ ਹੋਰ ਬੰਦੇ ਦੀ ਕਰ ਰਹੇ। ਨਹੀਂ ਨਹੀਂ, ਅੱਛਾ ਮੀਆਂ ਪਹਿਲੇ ਹੁਸੈਨ ਕੀ ਬਾਤ ਹੋ ਰਹੀ ਸੀ ਨਾ, ਹੁਸੈਨੀਆ ਦੋ ਬੰਦੇ ਹੈ, ਇੱਕ ਤੋਂ ਹੁਸੈਨੀ ਹੈ ਨਾ ਜੋ ਤੋ ਹੈ, ਉਹ ਪੱਕਾ ਪਤਾ ਹੈ ਕਿ ਸਭ ਤੋਂ ਉਹ ਕਾਦੀਆਨੀਓ ਕਾ ਸਪੋਰਟਰ ਹੈ। ਦੂਸਰਾ ਇੱਕ ਔਰ ਹੁਸੈਨ ਹੈ, ਉਹ ਉਮੇ ਰਬਾਬ ਕੇ ਆਈ ਡੀ ਪੇ ਅਕਸਰ ਬੈਠਾ ਹੋਤਾ ਹੈ, ਤੋ ਵੋ ਵੀ ਪਹਿਲੇ ਜੋ ਹੈ ਥਾ ਨਾ ਵੋ ਮੁਲਹਤ ਥਾ, ਉਸਕੀ ਵੀ ਮੁਫਤੀ ਸੈਯਦ ਸਾਹਿਬ ਕਾਦੀ ਸਾਹਿਬ ਸੇ ਕਾਫੀ ਦਫਾ ਬਹਿਸ ਹੋਈ ਹੈ, ਉਸਕੀ ਵੋ ਯੂਟਿਊਬ ਕੇ ਉੱਪਰ ਰਿਕਾਰਡਿੰਗ ਵੀ ਮੌਜੂਦ ਹੈ। ਲੈਣਾ ਹੈ, ਚਲੋ ਠੀਕ ਠੀਕ, ਉਹ ਸੈਟ ਨਹੀਂ ਨਹੀਂ ਮੇਰੇ ਵਾਲੇ, ਮੈਂ ਨਾ ਇਸ ਗੱਲ ਦਾ ਮੈਨੂੰ ਹੁਣ ਸਮਝ ਨਹੀਂ ਆਉਂਦੀ ਐ ਸਾਰੇ ਚੱਲਦੇ ਆ ਸੈਟ ਆ ਤੁਹਾਨੂੰ ਧੀਆਂ ਭੈਣਾਂ ਵਾਲੇ ਆ ਜਿਹੜਾ। ਚਲੋ ਅਚਾਨਕ ਤੁਸੀਂ ਚਲੇ ਗਏ ਤੇ ਤੁਸੀਂ ਉੱਥੇ ਵੇਖ ਰਹੇ ਹੋ ਕਿ ਜੀ ਉਹ ਗੱਲ ਹੋ ਰਹੀ ਹੈ, ਬਾਕੀ ਮੈਂ ਤੇ ਇਸ ਗੱਲ ਨੂੰ ਅੱਛਾ ਹੀ ਨਹੀਂ ਸਮਝਦਾ ਸ਼ਰੀ ਤੌਰ ਦੇ ਉੱਤੇ। ਜਿਸ ਔਰਤ ਦੀ ਆਵਾਜ਼ ਹੀ ਪਰਦਾ, ਔਰ ਸਭ ਤੋਂ ਵੱਡੀ ਇਬਾਦਤ ਜਿਹੜੀ ਹੈ ਹੱਜ ਹੈ ਜੀ, ਉਹਦੇ ਵਿੱਚ ਸਫਾ ਮਰਵਾ 'ਚ ਔਰਤ ਦੌੜ ਨਹੀਂ ਸਕਦੀ। ਅੱਗ ਉਹ ਕਿੰਨੀਆਂ ਪਾਬੰਦੀਆਂ ਨੇ, ਇਸ ਤਰ੍ਹਾਂ ਬੁਰਾਡਾਂ ਲਾ ਕੇ ਅਤੇ ਆਪਣੀਆਂ ਆਵਾਜ਼ਾਂ ਲੋਕਾਂ ਨੂੰ ਸੁਣਾ ਸਕਦੀ। ਵੱਲਾਹੁ ਆਲਮ ਵਾ ਰਸੂਲਹੁ ਅੱਲਾਹ ਤਾਲਾ ਦੇ ਨਬੀ। ਚਲੋ ਜੀ, ਅਸੀਂ ਨਾ ਅਸੀਂ ਇੰਨੀ ਬਰੀਕੀ ਦੇ ਵਿੱਚ ਨਹੀਂ ਜਾਂਦੇ ਅਸੀਂ ਨਾ ਕਿ ਯਾਰ ਇਹ ਮਾਮਲਾਤ ਨੇ, ਅਸੀਂ ਨਹੀਂ ਜਾਂਦੇ ਇੰਨੀ ਬਰੀਕੀ ਦੇ ਵਿੱਚ, ਲੇਕਿਨ ਅਸੀਂ ਗੱਲ ਇਹ ਕਰਨੀ ਆ ਕਿ ਯਾਰ ਇਹ ਲੋਕ, ਇਹਨਾਂ ਲੋਕਾਂ ਦੇ ਅੰਦਰ ਗੈਰਤ ਮਰ ਗਈ ਇਹਨਾਂ ਲੋਕਾਂ ਦੇ ਅੰਦਰ। ਇਹ ਹੁਣ ਇਹ ਗੱਲ ਤਾਜ਼ੀ ਗੱਲ ਏ, ਉਹਦੇ ਗਵਾਹ ਸੱਯਦ ਸੂਫੀ ਬਾਈ ਵੀ ਗਵਾਹ ਨੇ ਕਿ ਇਹਨਾਂ ਨੇ ਜਿਹੜੀ ਰਵਾਇਤ ਹੈਗੀ ਨਾ, ਯਾਏ ਬਾਦਲਾ ਯਗੀਸ ਹੋਣੀ, ਯਾਏ ਬਾਦਲਾ ਯਾਇਨ ਹੋਣੀ, ਇਹ ਵਾਲੀ ਜਿਹੜੀ ਰਵਾਇਤ ਹੈ ਨਾ, ਇਸ ਰਵਾਇਤ ਦੇ ਉੱਤੇ ਇਹਨਾਂ ਨੇ ਸਾਡੇ ਨਾਲ ਨਾ ਉੱਥੇ ਮੁਨਾਜ਼ਰਾ ਸ਼ੁਰੂ ਕੀਤਾ ਇਹਨਾਂ ਨੇ ਸਾਡੇ ਨਾਲ। ਠੀਕ ਹੈ ਜੀ, ਬੜੀ ਨਹੀਂ ਨਹੀਂ ਨਹੀਂ, ਇਹ ਵੀ ਅਦਬ ਅਲ ਮੁਫਰਦ ਦੇ ਅੰਦਰ ਇਮਾਮ ਬੁਖਾਰੀ ਦੀ ਕਿਤਾਬ ਹੈ ਨਾ ਅਦਬ ਅਲ ਮੁਫਰਦ ਜਿਹੜੀ ਹੈ, ਉਹਦੇ ਅੰਦਰ ਇਹ ਰਵਾਇਤ ਮੌਜੂਦ ਹੈਗੀ। ਹਜ਼ਰਤ ਅਬਦੁੱਲਾ ਇਬਨ ਉਮਰ ਜਿਹੜੇ ਨੇ ਨਾ, ਉਹਨਾਂ ਦੇ ਨਾਲ ਆ ਵਾਕਿਆ ਪੇਸ਼ ਆਇਆ ਨਾ ਇਹ ਵਾਲਾ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ ਵਰਹਮਤੁਲਲਾਹਿ ਵਬਰਕਾਤੁਹ। ਕਈ ਲੋਕ ਬੈਅਤ ਕਹਿੰਦੇ ਨੇ, ਕਈ ਲੋਕ ਬੈਅਤ ਕਹਿੰਦੇ ਨੇ, ਇੱਕੋ ਗੱਲ ਹੈ। ਅਬੂ ਹਸਨ ਭਾਈ, ਇਹ ਗੱਲ ਵੀ ਹੁਣ ਤੁਸੀਂ ਸੁਣਾਣੀ ਹੈ, ਇੱਕ ਹੋਰ ਗੱਲ ਸੁਣਾਓ, ਇਹ ਗੱਲ ਦੋ ਤੋਂ ਤਿੰਨ ਮਿੰਟ ਬਾਅਦ ਸੁਣਾਉਣਾ। ਮੈਂ ਯਕੀਨ ਕਰੋ ਮੈਂ ਇੰਤਜ਼ਾਰ ਕਰ ਰਿਹਾ ਸਾਂ, ਮੈਂ ਏਡਾ ਕੋਈ ਅਹਿਮ ਫੋਨ ਕਰਨਾ ਸੀ, ਮੈਂ ਸੋਚ ਰਿਹਾ ਸਾਂ ਮੈਂ ਭਾਈ ਮੇਰਾ ਇਕੱਲਾ ਰਹਿ ਜਾਏਗਾ। ਅੱਲਾ ਜਾਣਦਾ, ਅੱਲਾ ਨੇ ਜਿਹੜਾ ਨਾ ਦੋ ਤਰੇ ਬੰਦੇ ਹੁਣ ਹੋ ਗਏ ਨੇ, ਤੁਸੀਂ ਮਾਸ਼ਾਅੱਲਾ। ਹਾਂਜੀ, ਅੱਲਾ ਪਾਕ ਨੇ ਕਾਸ਼ਿਫ ਭਾਈ ਵੀ ਆਏ ਨੇ, ਗੱਲ ਕਰੋ ਇਹਨਾਂ ਨਾਲ, ਤੇ ਮੈਂ ਟੈਲੀਫੋਨ ਕਰ ਦਿੱਤਾ।
ਸਫ਼ਰ ਯਾਰ ਬਹੁਤ ਲੰਬਾ ਨਹੀਂ ਹੋ ਗਿਆ ਤੁਹਾਡਾ? ਮਾਸ਼ਾਅੱਲਾਹ ਯਾਰ, ਹੁਆ ਯੇ ਥਾ ਕਿ ਮੇਰਾ 24 ਘੰਟੇ ਕਾ ਤੋ ਆਲਰੇਡੀ ਸਟੇ ਥਾ, ਉਸਕੇ ਬਾਅਦ ਤੀਨ ਬਾਰ ਫਲਾਈਟ ਕਾ ਟਾਈਮ ਚੇਂਜ ਹੁਆ, ਮੁਝੇ ਤਕਰੀਬਨ ਕੋਈ 48 ਘੰਟੇ ਰੁਕਣਾ ਪੜਾ ਬਹਿਰੇਨ ਮੇਂ। ਸੁਬਹ 5 ਵਜੇ ਪਹੁੰਚ ਗਿਆ ਹੂੰ ਮੈਂ ਅਲਹਮਦੁਲਿਲਾ। ਆਪਕੋ ਮੈਨੇ ਮੈਸੇਜ ਕੀਆ, ਮੇਰੇ ਮੋਬਾਈਲ ਕਾ ਬਤਾ ਦੇ ਕਿਆ ਕਰਨਾ ਹੈ ਭਾਈਜਾਨ। ਉਹ ਮੈਨੇ ਛੋਟੇ ਭਾਈ ਕੋ ਭੇਜਿਆ ਹੈ, ਉਹ ਅਭੀ ਰੈਡੀ ਕਰਕੇ ਭੇਜਤਾ ਹੈ, ਤੋ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਦਾ ਹੂੰ ਕੱਲ ਸੁਬਹ ਪਾਰਸਲ ਲਗਵਾ ਦੂੰਗਾ ਮੈਂ। ਭਾਈ ਮੁਝੇ ਜਲਦੀ ਨਹੀਂ ਚਾਹੀਏ, ਉਸਕਾ ਬਤਾ ਦੇਂ ਕਿ ਖਰਚਾ ਕਿਤਨਾ ਆਏਗਾ, ਕੋਈ ਐਕਸਟਰਾ ਤੋ ਨਹੀਂ ਦੇਣੇ ਭਾਈਜਾਨ? ਆਪਕੇ ਅਗਰ ਤੋ ਯਹੀ ਠੀਕ ਹੋ ਗਈ ਨਾ, ਨਹੀਂ ਨਾ ਲਗਾਨੀ ਪੜੀ ਤੋ ਫਿਰ ਆਪਕੇ ਪੈਸੇ ਯਾਨੀ ਆਪਕੋ ਹਮਨੇ ਦੇਣੇ ਹੋਣਗੇ ਸਾਥ ਪੈਸੇ। ਅੱਛਾ ਅੱਛਾ ਅੱਛਾ, ਬਹਰਹਾਲ ਜੋ ਵੀ ਹੈ ਮੁਝੇ ਕੱਲ ਪਰਸੋਂ ਤੱਕ ਬਤਾਏ ਯਾਰ ਉਸਕਾ। ਜੀ ਵੀ ਇਨਸ਼ਾਅੱਲਾ ਤਾਲਾ। ਯੇ ਮੋਬਾਈਲ ਆਪਨੇ ਜੋ ਹੈ ਵੋ 5 ਸਤੰਬਰ ਸੇ ਪਹਿਲੇ ਪਹਿਲੇ ਭੇਜ ਰਹੇ ਹੈ, ਟਾਈਮ ਆਪਕੇ ਪਾਸ ਬਹੁਤ ਹੈ। ਨਹੀਂ ਨਹੀਂ ਯੇ ਇਨਸ਼ਾਅੱਲਾ ਗਲਾਸ ਉਸਕਾ ਅਭੀ ਮੈਨੇ ਛੋਟੇ ਭਾਈ ਕੋ ਭਿਜਵਾਇਆ ਹੈ ਨਾ, ਆਜ ਕਿਉਂ ਮੈਂ ਲੇਟ ਆਇਆ ਹੂੰ ਥੋੜਾ ਸਾ, ਤੋ ਵੋ ਅਭੀ ਉਸੇ ਰੈਡੀ ਕਰ ਦੇਤਾ ਹੈ ਜਾਂ ਕੱਲ ਰੈਡੀ ਕਰ ਦੇਤਾ, ਤੋ ਕੱਲ ਹੀ ਮੈਂ ਪਾਰਸਲ ਲਗਵਾ ਦੂੰਗਾ। ਆਪਨੇ ਛੋਟੇ ਭਾਈ ਕੋ ਭਿਜਵਾਇਆ ਹੈ, ਵੋ ਸੁਣਾ ਉਸਨੇ ਅਗਲੇ ਛੋਟੇ ਭਾਈ ਕੋ ਭਿਜਵਾ ਦੀਏ। ਨਹੀਂ ਨਹੀਂ ਵੋ ਜਿਸੇ ਭਿਜਵਾਇਆ ਹੈ ਨਾ, ਵੋ ਮਾਸ਼ਾਅੱਲਾ ਇਸ ਕਾਮ ਕਾ ਕਾਰੀਗਰ ਹੈ ਵੋ। ਓਕੇ ਹੋ ਗਿਆ। ਓਕੇ ਯਾਰ ਮੁਝੇ ਇਹ ਬਤਾਏ ਆਪ ਇਤਨਾ ਸ਼ਰਾਰਤੀ ਕਿਉਂ ਹੈ ਮੌਲਵੀ ਸਾਹਿਬ? ਮੈਂ ਤਾਂ ਆਪਕੋ ਬੜਾ ਨਾਈਸ ਪਰਸਨ ਸਮਝਤਾ ਥਾ, ਮੈਂ ਆਪਨੇ ਕਹਾ ਸੀ ਯੇ ਫੋਟੋਜ਼ ਕਹਾਂ ਕਹਾਂ ਸੇ ਨਿਕਾਲ ਕੇ ਲੇ ਆਤੇ ਹੋ। ਬੱਚਨ ਯੇ ਇੰਜੀਨੀਅਰ ਹੈ ਔਰ ਉਨਕੇ ਸਟੂਡੈਂਟ ਹੈ। ਅੱਛਾ ਅਸਲ ਮੈਂ ਮੈਨੇ ਜੋ ਇੱਕ ਜੋ ਮੇਰਾ ਅੱਜ ਮੌਜੂ ਥਾ ਨਾ, ਉਹ ਦੋ ਮੌਜੂ ਥੇ, ਇਹ ਮੇਰੀ ਤਰਫ ਜ਼ਰਾ ਆਜ਼ਾਨ ਹੈ, ਮੁਝੇ ਸਿਰਫ 2 ਮਿੰਟ ਦੇ ਭਾਈ ਹੈਂ, 2 ਮਿੰਟ ਚਲੋ। ਅਸਲਾਮ ਅਲੈਕੁਮ ਕਾਸ਼ੀ ਭਾਈ, ਕੀ ਹਾਲ ਚਾਲ ਹੈ? ਮੇਰੀ ਆਵਾਜ਼ ਆ ਰਹੀ ਹੈ? ਨਹੀਂ ਨਹੀਂ ਆ ਰਹੀ ਹੈ ਤਾਂ ਬੋਲੋ ਨਾ। ਨਹੀਂ ਮੈਂ ਕਾਸ਼ੀ ਭਾਈ ਨਾਲ ਸਲਾਮ ਲਿੱਤਾ, ਮੈਂ ਕਿਹਾ ਸ਼ਾਇਦ ਮੇਰੀ ਆਵਾਜ਼ ਨਹੀਂ ਗਈ, ਮੇਰੀ ਆਵਾਜ਼ ਪਸੰਦ ਨਹੀਂ ਆਈ। ਨਹੀਂ ਕਾਸ਼ਿਫ ਭਾਈ ਸ਼ਾਇਦ ਅਵੇ ਹੈ, ਕਾਫੀ ਕਾਸ਼ਿਫ ਭਾਈ ਸ਼ਾਇਦ ਅਵੇ ਹੈ, ਇਸ ਲਈ ਨਹੀਂ ਉਹਨਾਂ ਨੇ ਜਵਾਬ ਦਿਆ। ਹੋਰ ਚਾਚ ਜੋ ਆਪ ਸੁਣਾਏ, ਆਪਕਾ ਕੀ ਹਾਲ ਚਾਲ ਹੈ? ਦੋ ਅਲਹਮਦੁਲਿਲਾ ਜੀ ਆਪਦੀ। ਮੈਂ ਕਿਹਾ ਚਾਚੂ ਆਪ ਵੀ ਬਹੁਤ ਸ਼ਰਾਰਤੀ ਹੋ, ਮੈਂ ਦੇਖੀ ਆਪਕੀ ਵੋ ਵੀਡੀਓ, ਇਤਨੀ ਇਤਨੀ ਅਲੱਗ ਕਿਸਮ ਕੀ ਵੀਡੀਓ ਯਾਰ, ਕਿਤਨ ਦੇ ਨਿਕਾਲ ਕੇ ਲੈ ਜਾਂਦੇ ਹੋ? ਬਸ ਵੇਖ ਲਓ ਫਿਰ, ਉਹ ਯਕੀਨ ਕਰੇ ਇਤਨਾ ਵੋ ਮੁਝੇ ਹੱਸੀ ਆਈ ਹੈ, ਜੋ ਅਭੀ ਥੋੜ੍ਹੀ ਦੇਰ ਪਹਿਲੇ ਆਪਕੀ ਇੱਕ ਵੀਡੀਓ ਦੇਖੀ ਥੀ, ਜਿਸ ਪਰ ਮਿੱਟਾ ਕਰ ਦਿਆ ਨਹੀਂ ਕਹਿ ਸਕ ਮੁਰੱਬੀ ਹੋ ਤੁਸੀਂ ਇਹਨਾਂ ਦੇ ਪਿੱਛੇ ਪਏ। ਇਹ ਬੰਦਾ ਇੱਕ ਹੈ ਰਾਜਬੋਧ, ਵੈਲਕਮ ਹੋ ਗਿਆ ਜੀ ਰਾਜ ਰਾਜਬੋਧ ਭਾਈ। ਸਲਾਮ ਅਲੈਕੁਮ ਬਸਨ ਭਾਈ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਅਬੂ ਹਸਨ ਕਿੱਧਰ ਗਏ? ਅਬੂ ਹਸਨ ਵੇ ਥੋੜੀ ਦੇਰ ਆ ਜਾਂਦੇ ਆ। ਚਲੋ ਠੀਕ ਹੈ ਠੀਕ ਜੀ, ਆਪ ਆਪਣਾ ਤਾਰੂਫ ਕਰਵਾਣੇ, ਜਰਾ ਲਾਣਾ ਡਾਲ ਲੈ ਦੋਨੋਂ ਮਿਰਜ਼ੋ ਕੇ ਉੱਪਰ।
जी राजपूत साहब आपसे मुखातिब हूँ, जरा यहाँ तो अपना तारुफ करवाने हैं, अगर मुसलमान है तो दोनों मिर्जों के ऊपर लाना डाल। राजपूत भाई बोल पड़े, अल्लाह अकबर।